ਅੱਜ ਕੱਲ ਇਹ ਨਨਕਾਣਾ ਸਾਹਿਬ ਕਿਹੜੀ ਕਿਹੜੇ ਮੁਲਕ ਦੇ ਵਿੱਚ, ਕਿਹੜੀ ਕੰਟਰੀ 'ਚ? ਪਾਕਿਸਤਾਨ 'ਚ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ, ਉਹ ਪਟਵਾਰੀ ਸਨ। ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ। ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਜੀ, ਉਹਨਾਂ ਦਾ ਕੀ ਨਾਂ ਸੀ? ਕਿੰਨੇ ਸਾਲ ਉਹ ਵੱਡੇ ਸਨ ਗੁਰੂ ਨਾਨਕ ਸਾਹਿਬ? 5 ਸਾਲ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ, ਉਹ ਬਾਨੀ ਸਨ ਸਿੱਖ ਧਰਮ ਦੇ, ਠੀਕ ਹੈ ਜੀ। ਉਹਨਾਂ ਨੇ ਆਪਣਾ ਮੁੱਢਲਾ ਜੀਵਨ ਜਿਹੜਾ ਬਚਪਨ ਦੀ ਅਵਸਥਾ, ਜਿਵੇਂ ਆਪਾਂ ਸਾਰੇ ਤੁਸੀਂ ਬੈਠੇ ਹੋਏ ਇੱਥੇ, ਮਾਤਾ ਪਿਤਾ ਤੁਹਾਨੂੰ ਪੜ੍ਹਾਉਂਦੇ ਨੇ, ਸਿਖਾਉਂਦੇ ਨੇ, ਤੁਹਾਡੀ ਜ਼ਰੂਰਤ ਪੂਰੀ ਕਰਦੇ ਨੇ, ਇਸ ਤਰ੍ਹਾਂ ਉਹ ਇਕਲੌਤੇ ਪੁੱਤਰ ਸਨ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ ਨੇ ਵੀ ਉਹਨਾਂ ਨੂੰ ਬਹੁਤ ਪਿਆਰ ਕੀਤਾ, ਪੜ੍ਹਾਇਆ ਲਿਖਾਇਆ, ਜੋ ਵੀ ਸਮਾਜ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਦੀਆਂ ਪੂਰੀਆਂ ਕੀਤੀਆਂ। ਉਹਨਾਂ ਦੇ ਜੀਵਨ ਦੇ ਨਾਲ ਬਹੁਤ ਸਾਰੀਆਂ ਸਾਖੀਆਂ ਜੁੜੀਆਂ ਹੋਈਆਂ ਨੇ, ਪਰ ਕਿਉਂਕਿ ਆਪਾਂ 10 ਗੁਰੂ ਸਾਹਿਬਾਨ ਬਾਰੇ ਹੀ ਗੱਲ ਕਰਨੀ, ਆਪਣਾ ਫਿਰ ਟੌਪਿਕ ਕਾਫੀ ਵੱਡਾ ਵਾ ਔਰ ਸਮਾਂ ਘੱਟ ਆ, ਆਪਾਂ ਬੇਸਿਕ ਚੀਜ਼ਾਂ ਜਿਹੜੀਆਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਉਹ ਸ਼ੇਅਰ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਨੂੰ ਸਿੱਖ ਧਰਮ ਦੇ ਬਾਨੀ ਕਿਉਂ ਕਿਹਾ ਜਾਂਦਾ? ਕੋਈ ਤੁਹਾਡੇ 'ਚੋਂ ਜਵਾਬ ਦੇਊਗਾ ਵੀ ਉਹਨਾਂ ਨੂੰ ਆਪਾਂ ਸਿੱਖ ਧਰਮ ਦੇ ਬਾਨੀ ਕਿਉਂ ਕਹਿੰਦੇ ਹਾਂ, ਜਦੋਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਪੜ੍ਹਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਹਨਾਂ ਤੋਂ ਪਹਿਲਾਂ ਵੀ ਜਿਹੜੇ ਭਗਤ ਸਾਹਿਬਾਨ ਹੋਏ ਨੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ, ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਪਰ ਹਿਸਟੋਰੀਕਲੀ, ਇਤਿਹਾਸਕ ਤੌਰ 'ਤੇ ਆਪਾਂ ਉਹਨਾਂ ਨੂੰ ਕਿਉਂ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਹੀ ਸਿੱਖ ਧਰਮ ਦੇ ਬਾਨੀ ਨੇ? ਹਾਂਜੀ, ਕਿਉਂਕਿ ਉਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਹਾਂ, ਨੀਂਹ ਤਾਂ ਰੱਖੀ, ਪਰ ਆਪਾਂ ਉਹਨਾਂ ਨੂੰ ਕਿਉਂ ਕਹਿੰਦੇ ਹਾਂ ਕਿ ਉਹਨਾਂ ਨੇ ਨੀਂਹ ਰੱਖੀ, ਜਦੋਂ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਕਈ ਭਗਤ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚੋਂ ਮੌਜੂਦ ਸਨ? ਇਹਦਾ ਬੇਸਿਕ ਕਾਰਨ ਸਮਝੋ, ਬਾਨੀ ਕੌਣ ਹੁੰਦਾ ਵਾ? ਜਿਸਨੇ ਬੇਸਿਕ ਤੌਰ 'ਤੇ ਕਿਸੇ ਚੀਜ਼ ਨੂੰ ਪੈਦਾ ਕੀਤਾ ਹੋਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਲਾਂ ਵੀ ਕਈ ਭਗਤ ਸਾਹਿਬਾਨ ਹੋਏ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਠੀਕ ਹੈ। ਪਰ ਸਿੱਖ ਧਰਮ ਦੇ ਬਾਨੀ ਵਜੋਂ ਗੁਰੂ ਨਾਨਕ ਸਾਹਿਬ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਲਹਿਰ ਨੂੰ ਔਰਗੇਨਾਈਜ਼ ਗੁਰੂ ਨਾਨਕ ਸਾਹਿਬ ਨੇ ਹੀ ਕੀਤਾ, ਹੋਰ ਕਿਸੇ ਨੇ ਨਹੀਂ ਕੀਤਾ, ਠੀਕ ਹੈ ਜੀ। ਕਬੀਰ ਸਾਹਿਬ, ਬਾਬਾ ਨਾਮਦੇਵ ਸਾਹਿਬ, ਬਾਬਾ ਰਵਿਦਾਸ ਜੀ, ਜਿਹੜੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ, ਉਹਨਾਂ ਨੇ ਆਪਣੇ ਸਮੇਂ 'ਤੇ ਕੰਮ ਕੀਤਾ, ਬਹੁਤ ਲੋਕਾਂ ਦਾ ਭਲਾ ਕੀਤਾ, ਬਾਣੀ ਉਚਾਰੀ, ਬਾਣੀ ਦਾ ਉਪਦੇਸ਼ ਦਿੱਤਾ, ਪਰ ਉਹਨਾਂ ਕੋਈ ਔਰਗੇਨਾਈਜੇਸ਼ਨ ਪੈਦਾ ਨਹੀਂ ਕੀਤੀ ਜਿਸ ਤਰ੍ਹਾਂ ਦੀ ਗੁਰੂ ਨਾਨਕ ਸਾਹਿਬ ਨੇ ਪੈਦਾ ਕੀਤੀ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਜਿੱਥੇ ਆਪਣਾ ਉਪਦੇਸ਼ ਦਿੱਤਾ, ਬਾਣੀ ਉਚਾਰਨ ਕੀਤੀ, ਉੱਥੇ ਉਸ ਉਪਦੇਸ਼ ਨੂੰ, ਉਸ ਬਾਣੀ ਨੂੰ ਇੰਪਲੀਮੈਂਟ ਕਰਨ ਵਾਸਤੇ, ਉਹਦੀ ਪ੍ਰੈਕਟਿਸ ਵਾਸਤੇ ਸਾਨੂੰ ਕੁਝ ਸੰਸਥਾਵਾਂ ਦਿੱਤੀਆਂ, ਔਰਗੇਨਾਈਜੇਸ਼ਨਸ ਦਿੱਤੀਆਂ। ਕਿਹੜੀਆਂ ਕਿਹੜੀਆਂ? ਨਹੀਂ, ਉਹਨਾਂ ਸਾਨੂੰ ਸੰਗਤ ਦਿੱਤੀ, ਜਿਹੜੀ ਸੰਗਤ ਆਪਾਂ ਕਰਦੇ ਨਾ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਦੇ ਹਾਂ, ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਇਹਨੂੰ ਉਹਨਾਂ ਨੇ ਔਰਗੇਨਾਈਜ਼ ਕਰਤਾ। ਫਿਰ ਸੰਗਤ ਕਿੱਥੇ ਹੋਇਆ ਕਰੇਗੀ? ਗੁਰਦੁਆਰੇ ਵਿੱਚ। ਉਦੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਗੁਰਦੁਆਰੇ ਨੂੰ ਧਰਮਸ਼ਾਲ ਕਿਹਾ ਜਾਂਦਾ ਸੀ, ਉਹਨਾਂ ਸਾਨੂੰ ਧਰਮਸ਼ਾਲ ਔਰਗੇਨਾਈਜ਼ ਕਰਕੇ ਦਿੱਤੀ। ਬਾਣੀ ਨੂੰ ਸਮਝਣ ਵਾਸਤੇ ਤੁਸੀਂ ਕੀ ਕਰਨਾ ਵਾ? ਸੰਗਤ ਕਰਨੀ ਆ, ਅਤੇ ਸੰਗਤ ਕਰਨ ਵਾਸਤੇ ਕਿੱਥੇ ਜਾਣਾ ਵਾ? ਧਰਮਸ਼ਾਲ ਵਿੱਚ। ਉਹਨਾਂ ਇੱਕ ਔਰਗੇਨਾਈਜੇਸ਼ਨ ਪੈਦਾ ਕਰਤੀ, ਧਰਮਸ਼ਾਲ, ਠੀਕ ਆ। ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ, ਉੱਥੇ ਉੱਥੇ ਉਹ ਸੰਗਤ ਕਾਇਮ ਕਰਦੇ ਗਏ, ਅਤੇ ਉੱਥੇ ਉੱਥੇ ਹੀ ਉਹਨਾਂ ਦੇ ਸਿੱਖ ਜਿਹੜੇ ਸਨ ਉਹ ਧਰਮਸ਼ਾਲਾਂ ਬਣਾਉਂਦੇ ਗਏ। ਇਵੇਂ ਜਿਹੜੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ, ਉਹਨਾਂ ਦੇ ਉਪਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਸਨ, ਉਹ ਇਕੱਠੇ ਹੋ ਜਾਂਦੇ, ਅਤੇ ਉਹਨਾਂ ਦੇ ਇਕੱਠੇ ਹੋਣ ਦੀ ਥਾਂ ਸੀ ਧਰਮਸ਼ਾਲ। ਉੱਥੇ ਬੈਠ ਕੇ ਫਿਰ ਉਹ ਬਾਣੀ ਪੜ੍ਹਦੇ, ਬਾਣੀ ਵਿਚਾਰਦੇ। ਉਸ ਬਾਣੀ ਦੇ ਵਿੱਚ ਭਗਤਾਂ ਦੀ ਬਾਣੀ ਵੀ ਅਤੇ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਵੀ ਸੀ। ਅੱਛਾ, ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ, ਇੱਕ ਹੋਰ, ਜਿੱਥੇ ਉਹਨਾਂ ਨੇ ਇੰਨੇ ਪਰਉਪਕਾਰ ਕੀਤੇ, ਸਭ ਤੋਂ ਵੱਡਾ ਕਾਰਜ ਉਹਨਾਂ ਕੀ ਕੀਤਾ? ਆਪਣੀਆਂ ਪ੍ਰਚਾਰ ਫੇਰੀਆਂ ਦੇ ਵਿੱਚ
क्योंकि गुरु नानक साहब हिंदू धर्म नाल संबंधित उन्हां दे अस्थाना ते तीर्थां ते भी गए अते इस्लाम नाल संबंधित उन्हां दे धर्म अस्थाना ते भी गए बोधी धर्म दे नाल संबंध रखण वाले मठां दे उत्ते भी गए जोगियां दे डेरियां ते सन्यासियां दे ब्रह्मचारियां दे जोगियां दे अघोरियां दे जानी के किसी भी मत नाल संबंध रखण वाला कोई भी होवे गुरु नानक साहब हर जगह पहुँच के उन्हां दे नाल की करदे ने जी संवाद उन्हां नाल अपने विचारधारा की गल की सांझ करदे शेयर करदे उन्हां नाल उन्होंने सब तो वध दुनिया में कोई धार्मिक महापुरख केवल गुरु नानक साहब ने जिन्होंने सब तो वध धर्म प्रचार लई सफर किया समझे ना धर्म प्रचार लई सब तो वध सफर केवल गुरु नानक साहब ने अपने जीवन काल च किया सब तो वध और सारे धर्मां दे जिन्हें भी उन्हां दे संपर्क में आए सारे धर्मां दे धर्म स्थानां तक पहुँचे गुरु नानक साहब ठीक है जी उन्हां दी विचारधारा उन्हां दी बाणी दी सब तो वड्डी खूबी की आ समें दे लिहाज नाल जिथे वह जाते ने वर्डिंग विच फर्क पै जांदा क्योंकि जे किसे काजी नाल गल करनी आ तां वह अपनी जिहड़ी थोड़ी बोली आ वह परशियन जां उर्दू जां अरबी वरतणगे क्योंकि उन्हां नूं वह समझ आउंदी आ जे किसे पंडित नाल गल करनगे तां उहदे विच वह संस्कृत की वरतों करनगे क्योंकि उन्हूं संस्कृत समझ आउंदी आ जे किसे किसान नाल गल करनगे ते उहदे विचों जिहड़ी जिहड़े वर्ड किसान नूं समझ आउंदे उह इह आपां उहनां दी बाणी विचों समझ सकदे हां जदों आपां उहनां दी बाणी पढ़दे हां उहनां दी बाणी च संस्कृत उर्दू अरबी परशियन ठीक है ना सिंधी लहिंदी डखणे भाषा उहनां ने अपनी बाणी च वरतियां ने जिवें आपां किसान जिहड़े जिहड़ा काम करदा किसान जिहड़ियां जिहड़ियां चीज़ां की वरतों करदा अपनी खेती करन वास्ते उन्हां चीज़ां का जिक्र भी गुरु साहब ने अपनी बाणी च कीता एक व्यापारी बिजनेसमैन बंदा जिहड़ियां जिवें वह काम करदा जिस तरह दी वह चीज़ां वरतदा उहदा जिक्र भी कीता एक सोने का काम करन वाला जिहड़ा सुनियार आ उहदी उह जिथे सोना सोने के गहने बनाउंदा जिहड़ियां जिहड़ियां चीज़ां की वरतों वह करदा उहदा जिक्र भी यानी कि गुरु साहब ने आम नॉर्मल आम समाज दीआं जिहड़ियां उदाहरणां ने एग्जैम्पल्स ने जिहड़ियां चीज़ां वरतों च आउण वालियां ने उन्हां दी बोली विच उन्हां लोकां नूं उपदेश दिता उन्हां दी सब तो वड्डी खूबी यह आ कि उन्हां दी उन्हां ने जिहदे नाल भी धर्म की रब की गल शेयर की ना सांझी की उहदे हिसाब नाल की नहीं तो आम की हुंदा रब बारे धर्म बारे बड़ियां औखियां औखियां गल्लां महंगे महंगे औखे औखी वर्डिंग वरत के लोग करते हैं ठीक है ना वो आम बंदा जिहड़ा आम नॉर्मल जिंदगी जी रहा बंदा वो शरदा ते रखदा धर्म प्रति पर उन्हें समझ कख नहीं आता भी की कह रहा जे की हो रहा उन्होंने जिहड़ी बाणी कही वह भी आम शब्दों में कही ताकि आम बंदे की किरत करन वाले सधारण बंदे की भी समझ में आ जाए यही कारण सी भी लोगों नाल गल करके बहुते लोगों उन्हां दी गल छेती समझ आ जाती सी ते सधारण लोग उन्हां दे आले दुआले बड़ी छेती जुड़ जाते रहे क्योंकि उन्हां दे लैवल दी गल करदे सीगे कि आम बंदा किस तरह की जिंदगी जिउंदा वह एक परिवारक जिंदगी जिउंदा उहदे फैमिली रिलेशन हुंदे आ वह एक समाजिक जिंदगी जिउंदा सोशल लाइफ हुंदी आ उहदी ठीक आ फिर आपां जिथे रहिंदे आ उत्थों दा कुछ पोलिटिकली असी इनवॉल्वमेंट उहदे विच करदे आ थोड़ी जां बहुती हुण आपां जे वोट देने आ इहदा मतलब आपां पोलिटिकली इनवॉल्व आ ना उस चीज़ दे विच जां कोई लीडर बनदा जां कोई भी फैसला हुंदा सरकार फैसला करदी उहदा प्रभाव साडे ते पैंदा ना कोई भी कानून बनदा उहदा प्रभाव पैंदा इह सारियां चीज़ां यानी कि एक मनुख जिहड़ा उह अपनी परसनल लाइफ तों लै के अपना फैमिली अपने अपना समाज अपना आला दुआला अपनी स्टेट जिथे धरती जिथे वह रहिंदा सारिया चीज़ां नाल जुड़िया होया गुरु साहब जी की बाणी की गुरु नानक साहब की बाणी की ये सब तो वड्डी खूबी आ ये सब तो वड्डी क्वालिटी आ कि उन्होंने हर एक चीज़ बारे गल की उन्होंने मनुख की परसनल लाइफ निजी जिंदगी बारे भी गल की ठीक है
ਵੀ ਇੱਕ ਮਨੁੱਖ ਨੂੰ ਕਿਹੋ ਜਿਹਾ ਹੋਣਾ ਚਾਹੀਦਾ, ਉਹਨੂੰ ਬੋਲਣਾ ਕਿਸ ਤਰ੍ਹਾਂ ਚਾਹੀਦਾ, ਉਹਨੂੰ ਕਿਸ ਤਰ੍ਹਾਂ ਸਹੀ ਜਿਹੜੀ ਪੋਜ਼ਿਟਿਵ ਥਿੰਕਿੰਗ ਰੱਖਣੀ ਚਾਹੀਦੀ ਆ, ਸਹੀ ਸੋਚਣਾ ਚਾਹੀਦਾ, ਉਹ ਉਹ ਉਸ ਮਨੁੱਖ ਨੂੰ ਆਪਣੀ ਬੋਡੀ ਵਾਸਤੇ ਕਿਹੋ ਜਿਹਾ ਖਾਣਾ ਚਾਹੀਦਾ, ਪਹਿਨਣਾ ਚਾਹੀਦਾ, ਇਹ ਜਿਹੜੀਆਂ ਇੱਕ ਮਨੁੱਖ ਦੀ ਪਰਸਨਲ ਲਾਈਫ ਆ ਵੀ ਉਹਨੂੰ ਦੂਸਰੇ ਬਾਰੇ ਕਿਵੇਂ ਸੋਚਣਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਸਾਡੀ ਪਰਸਨਲ ਲਾਈਫ ਨਾਲ ਰਿਲੇਟਡ ਆ, ਸੰਬੰਧਿਤ ਆ। ਇਸ ਤੋਂ ਅੱਗੇ ਫੈਮਿਲੀ ਦੇ ਵਿੱਚ ਬੰਦੇ ਨੂੰ ਇੱਕ ਪਰਿਵਾਰਕ ਰਿਲੇਸ਼ਨ ਕਿਵੇਂ ਨਿਭਾਉਣੇ ਚਾਹੀਦੇ ਆ, ਉਹਨੂੰ ਸਮਾਜ ਵਿੱਚ ਸੋਸ਼ਲ ਲਾਈਫ ਕਿਵੇਂ ਬਤੀਤ ਕਰਨੀ ਚਾਹੀਦੀ ਆ, ਪੋਲੀਟੀਕਲੀ ਕਿਹੋ ਜਿਹੇ ਲੋਕ ਹੋਣੇ ਚਾਹੀਦੇ ਆ ਜਿਹੜੇ ਆਪਣੇ ਲੋਕਾਂ ਨੂੰ, ਆਪਣੀ ਜਨਤਾ ਨੂੰ ਸੁਖੀ ਰੱਖ ਸਕਦੇ, ਉਹਨਾਂ ਨੂੰ ਨਿਆਂ ਦੇਣ ਵਾਸਤੇ ਕੰਮ ਕਰ ਸਕਦੇ। ਇਹ ਸਾਰੀਆਂ ਚੀਜ਼ਾਂ ਬਾਰੇ ਗੁਰੂ ਸਾਹਿਬ ਨੇ ਆਪਣੀ ਬਾਣੀ, ਇਹ ਲੋਕਾਂ ਨੂੰ ਬੜੀਆਂ ਚੰਗੀਆਂ ਲੱਗੀਆਂ, ਠੀਕ ਆ ਨਾ। ਨਹੀਂ ਤਾਂ ਆਮ ਧਾਰਮਿਕ ਬੰਦੇ ਕੀ ਕਰਦੇ, ਬਸ ਜੀ ਤੁਸੀਂ ਅੱਖਾਂ ਬੰਦ ਕਰੋ, ਰੱਬ ਰੱਬ ਕਰੋ, ਇੱਕ ਥਾਂ 'ਤੇ ਹਨੇਰੇ ਜੇ ਗੁਫਾ 'ਚ ਬੈਠ ਜਾਓ, ਰੱਬ ਤੁਹਾਡੇ 'ਤੇ ਖੁਸ਼ ਹੋਊਗਾ, ਫਿਰ ਤੁਸੀਂ ਸਵਰਗ 'ਚ ਚਲੇ ਜਾਓਗੇ, ਫਿਰ ਤੁਹਾਨੂੰ ਅੱਗੇ ਜਾ ਕੇ ਬੜੇ ਸੁੱਖ ਮਿਲਣਗੇ, ਵਗੈਰਾ ਵਗੈਰਾ। ਹੁਣ ਹਰ ਬੰਦਾ ਤਾਂ ਇਵੇਂ ਨਾ ਕਰ ਸਕਦਾ। ਹੁਣ ਮੰਨ ਲਓ ਆਪ ਤੁਸੀਂ ਸਾਰੇ ਇੱਥੇ ਬੈਠੇ ਹੋ, ਜੇ ਤੁਹਾਡੇ ਫਾਦਰ ਸਾਹਿਬ ਇਸ ਤਰ੍ਹਾਂ ਕਰਨ ਲੱਗ ਜਾਣ ਤਾਂ ਤੁਹਾਡੇ ਘਰ ਦਾ ਖਰਚਾ ਕੌਣ ਚਲਾਊਗਾ, ਤੁਹਾਨੂੰ ਪੜ੍ਹਾਊਗਾ ਕੌਣ, ਔਖਾ ਹੋਜੂ ਨਾ। ਜੇ ਉਹ ਅੱਖਾਂ ਬੰਦ ਕਰਕੇ ਬੈਠ ਜਾਣਗੇ ਦੁਕਾਨ 'ਤੇ ਤਾਂ ਉਹਨਾਂ ਦੀ ਤਾਂ ਦੁਕਾਨ ਦਾ ਸਾਰਾ ਸਮਾਨ ਲੋਕ ਲੈ ਜਾਣਗੇ, ਇਸ ਤਰ੍ਹਾਂ ਹੋਊ ਨਾ। ਗੁਰੂ ਸਾਹਿਬ ਨੇ ਕੀ ਸਮਝਾਇਆ ਵੀ ਤੁਸੀਂ ਅੱਖਾਂ ਖੋਲ੍ਹ ਕੇ ਵੀ ਰੱਬ ਦਾ ਨਾਮ ਲੈ ਸਕਦੇ ਹੋ, ਠੀਕ ਆ। ਅਤੇ ਰੱਬ ਦਾ ਨਾਮ ਲੈਣ ਵਾਸਤੇ ਤੁਹਾਨੂੰ ਕਿਸੇ ਖਾਸ ਵੱਖਰੀ ਤਕਨੀਕ ਨੂੰ ਅਪਣਾਉਣ ਦੀ ਲੋੜ ਨਹੀਂ। ਤੁਸੀਂ ਆਪਣੀ ਤਿੰਨ ਗੱਲਾਂ ਉਹਨਾਂ ਨੇ ਮੁੱਢ ਲੀਆਂ ਕਹੀਆਂ, ਪਹਿਲੀ ਕੀ, ਅਕਾਲ ਪੁਰਖ ਦਾ ਨਾਮ ਜਪੋ, ਪਹਿਲੀ ਗੱਲ ਕੀ ਕਹੀ, ਨਾਮ ਜਪੋ। ਦੂਜਾ, ਧਰਮ ਦੀ ਕਿਰਤ ਕਰੋ। ਦੂਜਾ ਕੀ ਆ, ਨਹੀਂ ਧਰਮ ਦੀ ਕਿਰਤ ਕਰੋ, ਆਪਾਂ ਅੱਧਾ ਵਰਡ ਬੋਲਦੇ ਹਾਂ, ਕਿਰਤ ਕਰੋ, ਕਿਰਤ ਤਾਂ ਚੋਰ ਵੀ ਕਰ ਰਿਹਾ, ਠੀਕ ਆ ਨਾ। ਜਿਹੜਾ ਬੰਦਾ ਕਿਸੇ ਦਾ ਹੱਕ ਮਾਰ ਰਿਹਾ, ਕਿਰਤ ਦਾ ਮਤਲਬ ਕੀ, ਕੰਮ ਕਰੋ, ਕੰਮ ਤਾਂ ਮਾੜਾ ਬੰਦਾ ਵੀ ਕਰ ਰਿਹਾ। ਗੁਰੂ ਨੇ ਕਿਹੜੀ ਕਿਰਤ ਕਰਨ ਲਈ ਕਿਹਾ, ਧਰਮ ਦੀ, ਧਰਮ ਦੀ ਕਿਰਤ ਕਰੋ। ਅਤੇ ਤੀਸਰਾ ਕੀ ਕਿਹਾ, ਵੰਡ ਕੇ ਛਕੋ, ਯਾਨੀ ਕਿ ਉਹਨੂੰ ਸ਼ੇਅਰ ਕਰੋ। ਹੁਣ ਵੇਖੋ, ਤਿੰਨ ਚੀਜ਼ਾਂ ਕਹਿ ਦਿੱਤੀਆਂ, ਨਾਮ ਜਪੋ, ਅਕਾਲ ਪੁਰਖ ਦਾ ਨਾਮ ਜਪੋ, ਧਰਮ ਦੀ ਕਿਰਤ ਕਰੋ ਅਤੇ ਵੰਡ ਕੇ ਛਕੋ, ਤਿੰਨ ਗੱਲਾਂ ਕਹੀਆਂ ਨਾ। ਹੁਣ ਤੁਸੀਂ ਅੰਦਾਜ਼ਾ ਲਓ ਵੀ ਇਹ ਤਿੰਨ ਗੱਲਾਂ ਗੁਰੂ ਸਾਹਿਬ ਨੇ ਇੰਪਲੀਮੈਂਟ ਕੀਤੀਆਂ ਆਪਣੀ ਸੰਗਤ ਵਿੱਚ, ਜਿਹੜੇ ਲੋਕ ਉਹਨਾਂ ਦੀ ਸੰਗਤ 'ਚ ਆਉਂਦੇ ਸੀ, ਜਿਹੜੇ ਲੋਕ ਇਕੱਠੇ ਹੋ ਕੇ ਧਰਮਸ਼ਾਲ ਦੇ ਵਿੱਚ ਉਹਨਾਂ ਦੀ ਬਾਣੀ ਵਿਚਾਰਦੇ ਸੀ, ਉਹ ਸਾਰੇ ਤਿੰਨ ਚੀਜ਼ਾਂ ਨੂੰ ਪ੍ਰੈਕਟਿਸ ਕਰਦੇ ਸੀ। ਉਹਨਾਂ ਕੋਲ ਜਦੋਂ ਸਮਾਂ ਹੁੰਦਾ ਉਹ ਬੈਠ ਕੇ ਬਾਣੀ ਵਿਚਾਰਦੇ, ਠੀਕ ਹੈ ਜੀ। ਉਸ ਬਾਣੀ ਨੂੰ ਫਿਰ ਆਪਣੀ ਸੁਰਤ ਵਿੱਚ ਰੱਖ ਕੇ, ਯਾਨੀ ਕਿ ਜੋ ਗੁਰੂ ਸਾਹਿਬ ਦਾ ਥੌਟ ਆ, ਜੋ ਉਹਨਾਂ ਦਾ ਸੁਨੇਹਾ ਹੈ, ਜੋ ਮੈਸੇਜ ਹੈ, ਉਹਨੂੰ ਉਹ ਆਪਣੇ ਜੀਵਨ 'ਤੇ, ਆਪਣੀ ਲਾਈਫ 'ਤੇ ਇੰਪਲੀਮੈਂਟ ਕਰਦੇ ਅਤੇ ਨਾਲ ਨਾਲ ਆਪਣੀ ਧਰਮ ਦੀ ਕਿਰਤ ਕਰਦੇ। ਫਿਰ ਉਸ ਕਿਰਤ ਦੇ ਵਿੱਚੋਂ ਵੇਖਦੇ ਵੀ ਲੋੜਵੰਦ ਕੌਣ ਆ। ਲੋੜਵੰਦ ਲੱਭਣ ਵਾਸਤੇ ਆਪਾਂ ਨੂੰ ਦੂਰ ਥੋੜ੍ਹੀ ਜਾਣਾ ਪੈਂਦਾ, ਆਪਾਂ ਆਪਣੇ ਆਲੇ ਦੁਆਲੇ ਦੇਖੀਏ, ਆਪਣੇ ਸਰਕਲ 'ਚ ਤਾਂ ਕਈ ਇਹੋ ਜਿਹੇ ਲੋਕ ਹੋਣਗੇ ਜਿਹੜੇ ਫਿਜ਼ੀਕਲੀ ਇਫੈਕਟਡ ਹੋਣਗੇ, ਬਿਮਾਰ ਹੋਣਗੇ, ਰੋਗੀ ਹੋਣਗੇ, ਉਹਨਾਂ ਦਾ ਇਲਾਜ ਨਹੀਂ ਪ੍ਰੋਪਰ ਹੋ ਰਿਹਾ, ਆਪਾਂ ਉਹਨਾਂ ਦੀ ਹੈਲਪ ਕਰ ਸਕਦੇ। ਇਹ ਕੀ ਹੋ ਗਿਆ, ਵੰਡ ਕੇ ਛਕਣਾ। ਕੋਈ ਸਾਨੂੰ ਇਹੋ ਜਿਹਾ ਮਿਲ ਜਾਊਗਾ ਜਿਹਦੇ ਜਿਹੜਾ ਬੱਚਾ ਪੜ੍ਹ ਨਹੀਂ ਸਕਦਾ, ਠੀਕ ਹੈ ਜੀ, ਕਿਸੇ ਦਾ ਕੰਮ ਨਹੀਂ ਚੱਲ ਰਿਹਾ, ਉਹ ਜੇ ਸਾਰੀ ਸੰਗਤ ਰਲ ਕੇ ਥੋੜ੍ਹਾ ਥੋੜ੍ਹਾ ਆਪਣਾ ਹਿੱਸਾ ਸ਼ੇਅਰ ਕਰਦੀ ਆ, ਅਤੇ ਇੱਕ ਫੈਮਿਲੀ ਜਿਹੜੀ ਆ ਉਹ ਪੂਰੀ ਦੀ ਪੂਰੀ ਬੈਲੈਂਸ 'ਚ ਆ ਜਾਂਦੀ ਆ, ਸਮਝੇ ਨਾ। ਯਾਨੀ ਕਿ ਇਹ ਸੀ ਪ੍ਰੈਕਟੀਕਲੀ ਧਰਮ, ਇਹ ਕਿਹੜਾ ਧਰਮ ਆ, ਪ੍ਰੈਕਟੀਕਲ ਧਰਮ। ਇਹ ਧਰਮ ਨੂੰ ਕਮਾਉਣ ਵਾਸਤੇ ਤੁਹਾਨੂੰ ਜੰਗਲਾਂ 'ਚ, ਪਹਾੜਾਂ 'ਚ, ਕਿਸੇ ਹੋਰ ਜਗ੍ਹਾ 'ਤੇ ਜਾਣ ਦੀ ਲੋੜ ਨਹੀਂ, ਇਹ ਤੁਸੀਂ ਆਪਣੇ ਘਰ ਬੈਠੇ ਕਮਾ ਸਕਦੇ ਹੋ, ਇਹ ਤੁਸੀਂ ਆਮ ਸਮਾਜ ਵਿੱਚ ਬਹਿ ਕੇ। ਸੋ ਇਹ ਚੀਜ਼ਾਂ ਜਿਹੜੀਆਂ ਸੀ ਲੋਕਾਂ 'ਤੇ ਪ੍ਰਭਾਵ ਪਾਉਂਦੀਆਂ ਸਨ, ਲੋਕਾਂ ਦੇ ਫਾਇਦੇ ਵਾਲੀਆਂ ਸਨ, ਵੀ ਉਹ ਰੱਬ ਦਾ ਨਾਮ ਵੀ ਲੈ ਸਕਦੇ ਆ, ਉਹ ਧਰਮ ਵੀ ਕਮਾ ਸਕਦੇ ਆ, ਉਹ ਆਪਣੀ ਲਾਈਫ ਵੀ ਜੀ ਸਕਦੇ ਆ, ਆਪਣੀ ਫੈਮਿਲੀ ਦੀ ਹੈਲਪ ਵੀ ਕਰ ਸਕਦੇ ਆ, ਸਮਾਜ ਵਿੱਚ ਵੀ ਵਿੱਚ ਉਹਨਾਂ ਨੂੰ ਕੁਝ ਵੀ ਛੱਡਣ ਦੀ ਲੋੜ ਨਹੀਂ ਸੀ। ਜੇ ਛੱਡਣਾ ਸੀ ਉਹਨਾਂ 'ਤੇ ਕੀ ਛੱਡਣਾ ਸੀ, ਨੈਗੇਟਿਵ ਥਿੰਕਿੰਗ ਛੱਡਣੀ ਸੀ, ਮਾੜਾ ਸੋਚਣਾ, ਮਾੜਾ ਬੋਲਣਾ, ਮਾੜਾ ਕਰਨਾ, ਠੀਕ ਆ ਨਾ, ਇਹ ਚੀਜ਼ਾਂ ਕੱਢਣੀਆਂ ਸੀ ਉਹਨਾਂ ਨੇ ਆਪਣੀ ਲਾਈਫ 'ਚੋਂ। ਸੋ ਇਹ ਲੋਕਾਂ ਨੂੰ ਲੱਗਿਆ ਵੀ ਇਹ ਸਾਡਾ ਧਰਮ ਆ, ਅਸੀਂ ਇਹਨੂੰ ਸੌਖਾ ਕਮਾ ਸਕਦੇ ਹਾਂ, ਤਾਂ ਉਹਨਾਂ ਉਹ ਇਸ ਤਰ੍ਹਾਂ ਜੁੜਦੇ ਗਏ। ਗੁਰੂ ਸਾਹਿਬ ਜੀ ਦਾ ਕਾਫਲਾ ਜਿਹੜਾ ਸੀ ਉਹਨਾਂ ਦੀ ਸੰਗਤ ਦਾ ਵੱਡਾ ਹੁੰਦਾ ਗਿਆ।
ਔਰ ਉਹਨਾਂ ਨੇ ਜਿਹੜਾ ਇੱਕ ਹੋਰ ਪਰਉਪਕਾਰ ਵੱਡਾ ਕੀਤਾ ਉਹ ਕੀ ਸੀ ਵੀ ਜਦੋਂ ਉਹ ਆਪਣੀ ਯਾਤਰਾ ਕਰ ਰਹੇ ਸਨ ਲੋਕਾਂ ਨੂੰ ਉਪਦੇਸ਼ ਦਿੰਦਿਆਂ ਜਿਹਨੂੰ ਆਪਾਂ ਉਦਾਸੀ ਕਹਿੰਦੇ ਵੀ ਉਹਨਾਂ ਉਦਾਸੀਆਂ ਕੀਤੀਆਂ ਉਹਨਾਂ ਨੇ ਭਗਤ ਸਾਹਿਬਾਨਾਂ ਦੀ ਬਾਣੀ ਜਾ ਕੇ ਆਪ ਇਕੱਠੀ ਕਰ ਲਈ ਆਪ ਲਿਖ ਲਈ ਠੀਕ ਹੈ ਜੀ ਉਹਨਾਂ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਆਪ ਇਕੱਠੀ ਕਰਕੇ ਆਪਣੇ ਨਾਲ ਲੈ ਆਏ ਸੋ ਇਹ ਸਾਰੀਆਂ ਯਾਤਰਾ ਤੋਂ ਵਿਹਲੇ ਹੋ ਕੇ ਉਹ ਫਿਰ ਉਹਨਾਂ ਨੇ ਆਪਣਾ ਆਖਰੀ ਸਮਾਂ ਕਰਤਾਰਪੁਰ ਵਸਾਇਆ ਬਤੀਤ ਕੀਤਾ ਇਹ ਪਿੰਡ ਉਹਨਾਂ ਨੇ ਆਪ ਵਸਾਇਆ ਸੀ ਅਤੇ ਇਹਦਾ ਨਾਂ ਉਹਨਾਂ ਨੇ ਕਰਤਾਰਪੁਰ ਰੱਖਿਆ ਪੁਰਾਣੇ ਸਮਿਆਂ 'ਚ ਇੱਕ ਹੋਰ ਚੀਜ਼ ਹੁੰਦੀ ਸੀ ਕਿ ਜਿਹੜੇ ਸਾਡੇ ਖਾਸ ਤੌਰ 'ਤੇ ਜਿਹੜੇ ਸਾਡੇ ਭਾਰਤ ਵਿੱਚ ਜਿਹੜਾ ਇੱਕ ਸਿਸਟਮ ਚੱਲਦਾ ਸੀ ਉਹ ਕੀ ਸੀ ਕਾਸਟਿਜ਼ਮ ਠੀਕ ਹੈ ਜਾਤ ਪਾਤ ਜਿਹੜੇ ਸਭ ਤੋਂ ਨੀਵੀਂ ਜਾਤ ਵਾਲੇ ਮੰਨੇ ਜਾਂਦੇ ਸੀ ਨਾ ਜਿਨ੍ਹਾਂ ਨੂੰ ਉੱਚੀਆਂ ਜਾਤਾਂ ਵਾਲੇ ਨੀਵਾਂ ਸਮਝਦੇ ਸੀ ਉਹਨਾਂ ਦੇ ਘਰ ਆਮ ਤੌਰ 'ਤੇ ਪਿੰਡਾਂ ਤੋਂ ਸ਼ਹਿਰਾਂ ਤੋਂ ਬਾਹਰ ਬਾਹਰ ਹੁੰਦੇ ਸੀ ਜਿਵੇਂ ਅੱਜ ਨਹੀਂ ਤੁਸੀਂ ਵੇਖਦੇ ਝੁੱਗੀਆਂ ਝੌਂਪੜੀਆਂ ਵਾਲੇ ਹੁਣ ਕਿਸੇ ਬੜੀ ਚੰਗੀ ਕਲੋਨੀ 'ਚ ਉਹਨਾਂ ਨੂੰ ਥੋੜ੍ਹੀ ਕੋਈ ਵਸਣ ਦੇਊਗਾ ਕਿਉਂਕਿ ਉਹ ਗਰੀਬ ਨੇ ਕਿਉਂਕਿ ਉਹ ਪਛੜੇ ਹੋਏ ਨੇ ਉਹਨਾਂ ਨੂੰ ਇਸ ਕਰਕੇ ਵਿਚਾਰੇ ਸ਼ਹਿਰੋਂ ਬਾਹਰ ਗੰਦਗੀ ਦੇ ਢੇਰਾਂ ਲੱਗ ਗਏ ਉਹ ਆਪਣਾ ਉੱਥੇ ਹੀ ਰਹਿ ਕੇ ਦਿਨ ਰਾਤ ਪਰਿਵਾਰ ਨਾਲ ਬੱਚਿਆਂ ਨਾਲ ਗੁਜ਼ਾਰਾ ਕਰਦੇ ਆ ਇਸ ਤਰ੍ਹਾਂ ਹੀ ਹੈ ਨਾ ਇਹ ਚੀਜ਼ਾਂ ਅੱਜ ਵੀ ਸਾਡੇ ਮੁਲਕ 'ਚ ਬਹੁਤ ਨੇ ਕਿਸੇ ਦੀ ਬਰਾਦਰੀ ਕਰਕੇ ਉਹਨੂੰ ਨਫ਼ਰਤ ਕਰਨੀ ਕਿਸੇ ਦੀ ਕਾਸਟ ਕਰਕੇ ਕਿਸੇ ਦੇ ਜਨਮ ਕਰਕੇ ਕਿਸੇ ਦੇ ਕੰਮ ਕਰਕੇ ਹੈ ਨਾ ਵੀ ਜੇ ਕਿਸੇ ਦਾ ਕਿੱਤਾ ਸਾਡੇ ਕਿੱਤੇ ਨਾਲੋਂ ਵੱਖਰਾ ਵਾ ਅਤੇ ਅਸੀਂ ਉਹਨੂੰ ਨਫ਼ਰਤ ਕਰਦੇ ਹਾਂ ਹੈ ਨਾ ਖੈਰ ਉਹ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਕਰਤਾਰਪੁਰ ਵਸਾਇਆ ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਰਹਿਣ ਦੀ ਹਦਾਇਤ ਕੀਤੀ ਵੀ ਇਸ ਇਹ ਨਗਰ ਇਹ ਉੱਥੇ ਗੁਰੂ ਸਾਹਿਬ ਨੇ ਇੰਪਲੀਮੈਂਟ ਕਰਕੇ ਵਿਖਾਇਆ ਵੀ ਇਸ ਤਰ੍ਹਾਂ ਵੀ ਰਿਹਾ ਜਾ ਸਕਦਾ ਹੈ ਉੱਥੇ ਕਿਸੇ ਅਮੀਰ ਗਰੀਬ ਦਾ ਵੱਖਰਾ ਇਸ ਤਰ੍ਹਾਂ ਢਾਂਚਾ ਨਹੀਂ ਸੀ ਕੋਈ ਜਾਤ ਪਾਤ ਕਰਕੇ ਵੱਖਰੇ ਵੱਖਰੇ ਰਹਿਣ ਦੀ ਲੋੜ ਨਹੀਂ ਸੀ ਸੋ ਆਲੇ ਦੁਆਲੇ ਤੋਂ ਲੋਕ ਉੱਥੇ ਆ ਵਸੇ ਉੱਥੇ ਉਹਨਾਂ ਨੇ ਆਪਣੀ ਉਮਰ ਦਾ ਆਖਰੀ ਸਮਾਂ ਜਿਹੜਾ ਸੀ ਖੇਤੀ ਕਰਦਿਆਂ ਬਤੀਤ ਕੀਤਾ ਉੱਥੇ ਵੀ ਬੜੀ ਦੂਰ ਦੂਰ ਤੋਂ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਲੋਕ ਪਹੁੰਚਦੇ ਤੋ ਭਾਈ ਲਹਿਣਾ ਜੀ ਵੀ ਉੱਥੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ ਆਏ ਭਾਈ ਲਹਿਣਾ ਜੀ ਜਿਨ੍ਹਾਂ ਨੂੰ ਆਪਾਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਕਰਕੇ ਜਾਣ ਉਹਨਾਂ ਦਾ ਪਹਿਲਾ ਨਾਮ ਭਾਈ ਲਹਿਣਾ ਸੀ ਪਿਤਾ ਦਾ ਨਾਂ ਬਾਬਾ ਫੇਰੂ ਮੱਲ ਉਹ ਮੱਤੇ ਦੀ ਸਰਾਂ ਸਰਾਏ ਨਾਂਗਾ ਦੇ ਜੰਮਪਲ ਸਨ ਯਾਨੀ ਕਿ ਇਹ ਉਹਨਾਂ ਦਾ ਪਿਛੋਕੜ ਆ ਉਹਨਾਂ ਨੇ 7 ਸਾਲ ਕਿੰਨਾ ਸਮਾਂ 7 ਸਾਲ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਰਹਿ ਕੇ ਕੀ ਕੀਤਾ ਸੇਵਾ ਕੀਤੀ ਸੇਵਾ 'ਚ ਕੀ ਆ ਜਾਂਦਾ ਭਲਾ ਇੱਕ ਤਾਂ ਹੁੰਦਾ ਨਾ ਫਿਜੀਕਲੀ ਆਪਾਂ ਜਿਹੜਾ ਕੰਮ ਕਰਨ ਵਾਲਾ ਉਹ ਕਰਦੇ ਹਾਂ ਭੱਜ ਕੇ ਜਿਹੜਾ ਵੀ ਆਪਣਾ ਹੈ ਨਾ ਕੋਈ ਵੀ ਕੰਮ ਹੁਣ ਮੰਨ ਲਓ ਇੱਥੇ ਕੈਂਪ ਲੱਗਾ ਜਿਹੜਾ ਕੰਮ ਕਰਨ ਵਾਲਾ ਉਹ ਆਪਾਂ ਆਪਣੇ ਹੱਥੀਂ ਕਰੀਏ ਇਹ ਸਾਡੀ ਫਿਜੀਕਲ ਸੇਵਾ ਹੋਊਗੀ ਠੀਕ ਹੈ ਨਾ ਸੇਵਾ ਦੇ ਕਈ ਰੂਪ ਨੇ ਇੱਕ ਤਾਂ ਉਹਨਾਂ ਫਿਜੀਕਲੀ ਬਹੁਤ ਕੰਮ ਕੀਤਾ ਜੋ ਵੀ ਗੁਰੂ ਸਾਹਿਬ ਨੇ ਕਿਹਾ ਉਹ ਸਾਰਾ ਕੰਮ ਹੀ ਉਹ ਇੱਕ ਵਰਕਰ ਬਣ ਕੇ ਵਲੰਟੀਅਰ ਬਣ ਕੇ ਕਰਦੇ ਸਨ ਇੱਕ ਸੇਵਾ ਕੀ ਆ ਗੁਰੂ ਦੇ ਬਚਨ ਨੂੰ ਗੁਰੂ ਦੀ ਵਿਚਾਰ ਨੂੰ ਗੁਰੂ ਦੇ ਉਪਦੇਸ਼ ਨੂੰ ਗੁਰੂ ਦੇ ਥੋਟ ਨੂੰ ਸਮਝਣਾ ਵੀ ਕੀ ਆ ਉਹ ਜੋ ਗੁਰੂ ਸਾਹਿਬ ਫਿਲੋਸਫੀ ਦੇ ਰਹੇ ਉਹ ਕੀ ਆ ਉਹਨੂੰ ਸਮਝਣ ਦੇ ਉੱਤੇ ਆਪਣਾ ਸਮਾਂ ਆਪਣਾ ਦਿਮਾਗ ਲਾਉਣਾ ਫਿਰ ਉਹਨੂੰ ਉਹਦੇ ਮੁਤਾਬਕ ਆਪਣੀ ਲਾਈਫ ਨੂੰ ਢਾਲਣਾ ਔਖਾ ਨਾ ਹੁਣ ਉਹ ਭਾਈ ਲਹਿਣਾ ਜੀ ਕਿਉਂਕਿ ਇੱਕ ਬਿਜ਼ਨਸਮੈਨ ਪਰਿਵਾਰ ਨਾਲ ਸੰਬੰਧ ਰੱਖਦੇ ਉਹਨਾਂ ਦੇ ਪਿਤਾ ਜੀ ਵੀ ਵਪਾਰੀ ਸੀ ਉਹ ਆਪ ਵੀ ਵਪਾਰ ਵੀ ਕਰਦੇ ਸੀ ਅਤੇ ਦੁਕਾਨ ਵੀ ਕਰਦੇ ਸੀ ਠੀਕ ਆ ਔਰ ਜਿੱਥੋਂ ਆਏ ਸੀ ਉਹਨਾਂ ਦੀ ਉੱਥੇ ਬੜੀ ਰਿਸਪੈਕਟ ਸੀ ਆਪਣੇ ਉਹ ਉਸ ਦਾਇਰੇ ਆਪਣੇ ਸਰਕਲ ਦੇ ਵਿੱਚ ਕਿਉਂਕਿ ਉਹ ਪਹਿਲਾਂ ਵੈਸ਼ਨੋ ਦੇਵੀ ਦੇ ਭਗਤ ਸੀਗੇ ਠੀਕ ਹੈ ਜੀ ਜਗਰਾਤੇ ਕਰਦੇ ਔਰ ਉਹਨਾਂ ਦਾ ਆਲਾ ਦੁਆਲਾ ਜਿੰਨਾ ਸੀ ਉਹਨਾਂ ਨੂੰ ਆਪਣਾ ਲੀਡਰ ਮੰਨਦਾ ਸੀ ਵੀ ਹਰ ਕੰਮ ਦੇ ਵਿੱਚ ਇਹ ਸਾਡੇ ਲੀਡਰ ਨੇ ਸਾਨੂੰ ਲੀਡ ਕਰਦੇ ਨੇ ਜਦੋਂ ਉਹਨਾਂ ਯਾਤਰਾ ਜਾਣਾ ਅਤੇ ਉਹਨਾਂ ਨੂੰ ਪੁੱਛ ਕੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਅਗਵਾਈ 'ਚ ਲੋਕਾਂ ਨੇ ਜਾਣਾ ਇਹਨੇ ਯਾਨੀ ਕਿ ਆਪਣੇ ਸਰਕਲ ਨੂੰ ਉਹ ਲੀਡ ਕਰਦੇ ਸੀ ਜਿਹੜਾ ਸਰਕਲ ਉਹਨਾਂ ਦੇ ਆਲੇ ਦੁਆਲੇ ਉਹਨਾਂ ਦਾ ਸਮਾਜਿਕ ਤੌਰ 'ਤੇ ਬਣਿਆ ਹੋਇਆ ਸੀ ਹੁਣ ਯਾਨੀ ਕਿ ਫੈਮਿਲੀ ਤੌਰ 'ਤੇ ਵੀ ਉੱਚੀ ਬਰਾਦਰੀ ਨਾਲ ਸੰਬੰਧ ਰੱਖਦੇ ਸੀ ਸਮਾਜਿਕ ਤੌਰ 'ਤੇ ਵਪਾਰ ਬਿਜ਼ਨਸ ਦੁਕਾਨਦਾਰ ਆ ਇਹ ਸਾਰਾ ਕੰਮ ਵਧੀਆ ਸੀ ਯਾਨੀ ਕਿ ਪੈਸੇ ਵਾਲਾ ਕੰਮ ਵੀ ਕਰਦੇ ਸੀ ਔਰ ਰਿਸਪੈਕਟ ਵੀ ਸੀ ਆਪਣੇ ਸਰਕਲ 'ਚ ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਤਾਂ ਉਹਨਾਂ ਨੂੰ ਆਪਣੇ ਹੱਥੀਂ ਸਾਰਾ ਕੁਝ ਕਰਨਾ ਪਿਆ ਇੱਧਰ ਕੀ ਹੁੰਦਾ ਸੀ
ਇੱਧਰ ਸਾਰੇ ਸਰਕਲ ਦੇ ਵਿੱਚ ਉਹਨਾਂ ਦੀ ਇੰਨੀ ਰਿਸਪੈਕਟ ਸੀ ਵੀ ਉਹਨਾਂ ਨੂੰ ਹੱਥੀਂ ਕੰਮ ਕਰਨ ਦੀ ਲੋੜ ਨਹੀਂ ਸੀ ਪੈਂਦੀ। ਜੇ ਉਹਨਾਂ ਨੇ ਕਹਿਤਾ ਵੀ ਆਪਾਂ ਭਾਈ ਪ੍ਰਸ਼ਾਦਾ ਛਕਣਾ ਤਾਂ ਸਾਰਿਆਂ ਨੇ ਲੈ ਆਉਣਾ ਕਿਉਂਕਿ ਉਹਨਾਂ ਦੇ ਲੀਡਰ ਆ ਉਹ। ਪਰ ਇੱਥੇ ਇੱਥੇ ਸਭ ਕੁਝ ਉਲਟਾ ਹੋ ਗਿਆ। ਇੱਥੇ ਉਹਨਾਂ ਲੋਕਾਂ ਨਾਲ ਉਹਨਾਂ ਨੂੰ ਬੈਠ ਕੇ ਪ੍ਰਸ਼ਾਦਾ ਛਕਣਾ ਪੈਣਾ ਸੀ ਜਿਹੜੇ ਜਾਤ ਬਰਾਦਰੀ ਕਰਕੇ ਸਮਾਜ ਵਿੱਚ ਅਖੌਤੀ ਪਛੜੀ ਜਾਤ ਵਾਲੇ ਮੰਨੇ ਜਾਂਦੇ ਸੀ, ਉਹਨਾਂ ਨਾਲ ਹੀ ਬਹਿਣਾ, ਉਹਨਾਂ ਦੇ ਹੱਥੋਂ ਖਾਣਾ, ਠੀਕ ਆ, ਉਹਨਾਂ ਦੀ ਸੇਵਾ ਕਰਨੀ, ਉਹਨਾਂ ਨੂੰ ਆਪ ਖਵਾਉਣਾ, ਯਾਨੀ ਕਿ ਸਾਰੀ ਪ੍ਰੈਕਟਿਸ ਇੱਥੇ ਬਿਲਕੁਲ ਪਹਿਲੀ ਲਾਈਫ ਨਾਲੋਂ ਬਿਲਕੁਲ ਆਪੋਜਿਟ ਸੀ। ਇਹ ਬੜਾ ਔਖਾ ਹੁੰਦਾ ਤੁਹਾਨੂੰ, ਤੁਸੀਂ ਜਿਹਦੇ ਨਾਲ 20-40 ਸਾਲ ਨਫ਼ਰਤ ਕੀਤੀ ਹੋਵੇ ਉਸ ਬੰਦੇ ਨਾਲ ਤੁਹਾਨੂੰ ਕਿਹਾ ਜਾਵੇ ਵੀ ਇਹਦੇ ਨਾਲ ਤੂੰ ਬੈਠਣਾ, ਇਹਨੂੰ ਤੂੰ ਜੀ ਕਹਿ ਕੇ ਇਹਨੂੰ ਰੋਟੀ ਖਵਾਉਣੀ, ਇਹਨੂੰ ਪਾਣੀ ਪਿਆਉਣਾ, ਕਿੰਨਾ ਔਖਾ ਹੁੰਦਾ। ਔਖਾ ਹੁੰਦਾ ਨਾ, ਤੁਸੀਂ ਇੱਕ ਵਾਰ ਕਰ ਸਕਦੇ ਹੋ, ਦੋ ਵਾਰ ਰੋਜ਼ ਨਹੀਂ ਕਰ ਸਕਦੇ। ਇਹ ਜਿਹੜੀ ਗੁਰਮਤ ਦੀ ਇਹ ਪ੍ਰੈਕਟਿਸ ਜਿਹੜੀ ਸੀ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਕੀਤੀ ਵੀ ਗੁਰੂ ਸਾਹਿਬ ਦਾ ਫਲਸਫਾ ਵਿਚਾਰਧਾਰਾ ਕੀ, ਜਿੱਥੇ ਉਹਨਾਂ ਨੇ ਫਿਜ਼ੀਕਲੀ ਸੇਵਾ ਕੀਤੀ ਉੱਥੇ ਆਪਣੀ ਸੁਰਤ ਨੂੰ, ਆਪਣੇ ਮਨ ਨੂੰ, ਆਪਣੇ ਅੰਦਰ ਨੂੰ ਤਿਆਰ ਕੀਤਾ ਵੀ ਮੈਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਪ੍ਰੈਕਟੀਕਲ ਕਮਾ ਸਕਾਂ। ਹੁਣ ਜਿਹੜਾ ਇਸ ਤਰ੍ਹਾਂ ਦੀ ਪ੍ਰੈਕਟਿਸ ਕਰੂਗਾ ਆਪਣੀ ਲਾਈਫ 'ਚ, ਉਹੀ ਦੂਸਰਿਆਂ ਨੂੰ ਦੱਸੂਗਾ ਨਾ ਵੀ ਸਿੱਖੀ ਆਹ ਵਾ, ਗੁਰਮਤ ਆਹ ਵਾ, ਧਰਮ ਆਹ ਕਹਿੰਦਾ, ਗੁਰੂ ਨਾਨਕ ਸਾਹਿਬ ਦਾ ਫਲਸਫਾ, ਉਹਨਾਂ ਦੀ ਵਿਚਾਰਧਾਰਾ ਆਹ ਸੁਨੇਹਾ ਦਿੰਦੀ ਆ। ਠੀਕ ਹੈ ਜੀ। ਇਸ ਤਰ੍ਹਾਂ ਉਹਨਾਂ ਨੇ ਗੁਰਮਤ ਨੂੰ ਆਪਣੇ ਜੀਵਨ ਵਿੱਚ 7 ਸਾਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਰਹਿ ਕੇ ਸਿੱਖਿਆ, ਕਮਾਇਆ, ਹੰਡਾਇਆ ਅਤੇ ਆਪਣਾ ਜੀਵਨ ਇਸ ਤਰ੍ਹਾਂ ਉਹਨਾਂ ਨੇ ਉੱਚਾ ਚੁੱਕਿਆ। ਹੁਣ ਉਹ ਸਮਾਂ ਆਇਆ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਮਹਿਸੂਸ ਹੋਇਆ ਵੀ ਸਾਡਾ ਅੰਤਮ ਸਮਾਂ ਜਿਹੜਾ ਵਾ ਸਰੀਰਕ ਤੌਰ 'ਤੇ ਨੇੜੇ ਆ ਗਿਆ। ਉਹਨਾਂ ਨੇ ਫਿਰ ਚੋਣ ਕੀਤੀ, ਠੀਕ ਹੈ ਜੀ, ਸਿਲੈਕਸ਼ਨ ਕੀਤੀ, ਅਤੇ ਉਹਨਾਂ ਕਿਹਨੂੰ ਸਿਲੈਕਟ ਕੀਤਾ, ਕਿਹਨੂੰ ਸਿਲੈਕਟ ਕੀਤਾ, ਭਾਈ ਲਹਿਣਾ ਜੀ ਨੂੰ। ਹੁਣੇ ਆਪਾਂ ਵਿਚਾਰਿਆ ਭਲਾ ਉਹਨਾਂ ਨੂੰ ਹੀ ਕਿਉਂ ਸਿਲੈਕਟ ਕੀਤਾ, ਹੋਰ ਵੀ ਬੜੇ ਸਿੱਖ ਸੀਗੇ ਉੱਥੇ, ਉਹਨਾਂ ਦੇ ਦੋ ਪੁੱਤਰ ਵੀ ਸੀ ਨਾ ਗੁਰੂ ਨਾਨਕ ਸਾਹਿਬ ਦੇ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ। ਉਹਨਾਂ ਆਪਣੇ ਪੁੱਤਰ ਨੂੰ ਕਿਉਂ ਨਾ ਚੁਣਿਆ, ਵੱਡੇ ਪੁੱਤਰ ਨੂੰ, ਆਪਣੇ ਇੱਕ ਸਿੱਖ ਨੂੰ ਕਿਉਂ ਚੁਣਿਆ ਭਾਈ ਲਹਿਣੇ ਨੂੰ, ਦੱਸੂਗਾ ਕੋਈ ਤੁਹਾਡੇ 'ਚੋਂ ਵੀ ਉਹਨਾਂ ਨੂੰ ਸਿਲੈਕਟ ਕਰਨ ਦਾ ਕੀ ਕਾਰਨ ਸੀ। ਹੁਣੇ ਆਪਾਂ ਗੱਲ ਕੀਤੀ ਇਹਦੇ ਬਾਰੇ। ਹਾਂਜੀ, ਕਿਉਂਕਿ ਉਹ ਗੁਰੂ ਸਾਹਿਬ ਜੀ ਦਾ ਹਰ ਹੁਕਮ ਮੰਨਦੇ ਸਨ। ਕੀ ਕਰਦੇ ਸਨ? ਤੁਸੀਂ ਮੈਨੂੰ ਲੱਗਦਾ ਤੁਹਾਨੂੰ ਨੀਂਦ ਆ ਰਹੀ ਥੋੜ੍ਹੀ ਥੋੜ੍ਹੀ, ਹੈ ਨਾ। ਤੁਸੀਂ ਅੱਗੋਂ ਹੁੰਗਾਰਾ ਦਿਆ ਕਰੋ ਤਾਂ ਕਿ ਮੈਨੂੰ ਸਮਝ ਲੱਗੇ ਵੀ ਤੁਹਾਨੂੰ ਸਮਝ ਆ ਰਹੀ ਆ, ਤੁਸੀਂ ਅੰਡਰਸਟੈਂਡ ਕਰ ਰਹੇ ਹਾਂ ਗੱਲ। ਹੁਣੇ ਆਪਾਂ 5-7 ਮਿੰਟ ਗੱਲ ਕੀਤੀ ਇਸ ਟੌਪਿਕ 'ਤੇ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲ ਰਹਿ ਕੇ ਕਿਸ ਤਰ੍ਹਾਂ ਸੇਵਾ ਕਰਦੇ ਸਨ, ਕਿਵੇਂ ਉਹ ਗੁਰੂ ਸਾਹਿਬ ਜੀ ਦੇ ਹਰ ਹੁਕਮ ਨੂੰ ਪ੍ਰੈਕਟੀਕਲ ਆਪਣੀ ਲਾਈਫ ਵਿੱਚ ਲੈ ਕੇ ਆਉਂਦੇ। ਇਹ ਚੀਜ਼ਾਂ ਆਪਾਂ ਹੁਣੇ ਵਿਚਾਰੀਆਂ ਨਾ, ਬਸ ਇਹੀ ਇਹਦਾ ਆਨਸਰ ਆ। ਜਦੋਂ ਕੋਈ ਆਪਾਂ ਪੜ੍ਹਦੇ ਨਾ ਹਿਸਟਰੀ ਵੀ ਕਿਉਂ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਨਹੀਂ ਚੁਣਿਆ, ਆਪਣੇ ਇੱਕ ਸਿੱਖ ਨੂੰ ਚੁਣਿਆ, ਕਿਉਂ ਚੁਣਿਆ? ਕਿਉਂਕਿ ਉਹਨਾਂ ਦਾ ਹਰ ਹੁਕਮ ਮੰਨਦੇ ਸਨ, ਬਸ ਇੰਨਾ ਆਨਸਰ ਆ, ਸਮਝੇ ਨਾ, ਹਰ ਹੁਕਮ ਮੰਨਦੇ ਸਨ। ਤਾਂ ਉਹ ਹੁਕਮ ਮੰਨਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਚੁਣਿਆ। ਭਾਈ ਲਹਿਣਾ ਜੀ ਗੁਰਤਾ ਗੱਦੀ 'ਤੇ ਬਿਰਾਜੇ, ਫਿਰ ਉਹ ਕਿੱਥੇ ਆ ਗਏ? ਖਡੂਰ ਸਾਹਿਬ, ਜਿੱਥੇ ਉਹਨਾਂ ਦਾ ਆਪਣਾ ਘਰ ਸੀ, ਇੱਥੇ ਆ ਕੇ ਉਹ ਨਾਲ ਆਪਣੀ ਕਿਰਤ ਵੀ ਕਰਦੇ ਰਹੇ ਅਤੇ ਨਾਲ ਨਾਲ ਉਹ ਸੰਗਤ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਗੁਰੂ ਨਾਨਕ ਸਾਹਿਬ ਨਿਭਾਉਂਦੇ ਸੀ ਉਹ ਵੀ ਨਿਭਾਉਂਦੇ ਰਹੇ। ਉਹਨਾਂ ਦੇ ਜੀਵਨ ਨਾਲ ਵੀ ਬਹੁਤ ਸਾਰੀਆਂ ਸਾਖੀਆਂ ਜੁੜੀਆਂ ਨੇ, ਉਹਨਾਂ ਦੇ ਆਪਾਂ ਇੱਕ ਦੋ ਪਰਉਪਕਾਰ ਹੀ ਇੱਥੇ ਗੱਲ ਕਰਾਂਗੇ ਸੰਖੇਪ ਜਿਹੀ ਬੇਸਿਕ। ਗੁਰੂ ਅੰਗਦ ਸਾਹਿਬ ਜੀ ਨੇ ਪਹਿਲਾ ਗੁਰਮੁਖੀ ਦਾ ਸਕੂਲ ਖਡੂਰ ਸਾਹਿਬ ਵਿਖੇ ਸ਼ੁਰੂ ਕੀਤਾ। ਪਹਿਲਾ ਗੁਰਮੁਖੀ ਦਾ ਸਕੂਲ ਗੁਰੂ ਅੰਗਦ ਸਾਹਿਬ ਜੀ ਨੇ ਕਿੱਥੇ ਸ਼ੁਰੂ ਕੀਤਾ? ਖਡੂਰ ਸਾਹਿਬ। ਉਹ ਆਪ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਸਨ, ਠੀਕ ਹੈ ਜੀ। ਜਦੋਂ ਉਹਨਾਂ ਕੋਲ ਸਮਾਂ ਹੁੰਦਾ ਉਹ ਆਪ ਰੋਜ਼ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਸਨ ਅਤੇ ਨਾਲ ਉਹਨਾਂ ਨੇ ਫਿਰ ਇੱਕ ਹੋਰ ਜਥਾ ਟੀਮ ਤਿਆਰ ਕੀਤੀ ਆਪਣੇ ਸਿੱਖਾਂ, ਜਿਹੜੀ ਬੱਚਿਆਂ ਨੂੰ ਗੁਰਮੁਖੀ ਦੀ ਸਿਖਲਾਈ ਦੀ ਟ੍ਰੇਨਿੰਗ ਦਿੰਦੀ ਸੀ, ਠੀਕ ਹੈ ਨਾ। ਆਪਾਂ ਜਿੰਨੇ ਇੱਥੇ ਬੈਠੇ ਹਾਂ, ਜੇ ਆਪਾਂ ਨੂੰ ਗੁਰਮੁਖੀ ਆਉਂਦੀ ਹੋਊਗੀ ਤਾਂ ਆਪਾਂ ਨੂੰ ਬਾਣੀ ਸਮਝਣੀ ਔਖੀ ਹੋਊਗੀ ਕਿ ਸੌਖੀ? ਸੌਖੀ ਹੋਊਗੀ ਨਾ।
जे असी बाणी नूं समझांगे तो फिर की होगा, सानू सिख फलसफा समझना सौखा होगा। जिहड़ी चीज़ साडी समझ च नहीं आ रही उहनूं आपां मन्नांगे किवें? जिहड़ी गल साडी समझ च नहीं आउंदी उहनूं तुसीं मन सकदे हो? नहीं ना मन सकदे। जिहड़ी चीज़ सानू क्लिक करेगी समझूगी जिहदे बारे साडी अंडरसटैंडिंग आ असीं उसे नूं मन सकदे हां ना, ते फिर बाणी नूं समझण वास्ते की करना पऊगा? सानू गुरबाणी दी लैंग्वेज सीखनी पऊगी, गुरमुखी अपनी भाषा नूं प्यार करना पऊगा। समझे ना गल? सो गुरु साहब ने गुरमुखी का पहला स्कूल उत्थे, एक दूसरा काम उन्होंने होर किया किसी नूं पता होवे, सब तो बेसिक एक होर वधिया काम जिहड़ा उन्होंने एक प्रोजैक्ट खास तौर पर नौजवान बच्चों वास्ते। हाँ जी, मल अखाड़े बनाए। गुरु अंगद साहब जी ने उत्थे मल अखाड़े बनाए फिजिकली फिटनेस वास्ते। ठीक है, हुण चेते रखियो जिहड़े लोगों को दो चीज़ा हुंदियां ने, एजुकेशन हुंदी आ ते नाल फिजिकली वह स्ट्रोंग हुंदे आ, वह पछाण जाणगे कि समाज अगे वधणगे, अगे वधणगे ना। जिन्हां कोल एजुकेशन आ, जिन्हां कोल फिजिकली फिटनेस आ, वह लोग तरक्की करनगे ना। सिखी ने तरक्की क्यों की? इन्हां चीज़ां करके। गुरु साहब ने सिख बच्चों नूं गुरमुखी की पढ़ाई करवानी शुरू की, तो जिहड़े यंग एज सन उन्हां वास्ते मल अखाड़े, जिथे पहलवान घुलदे ने, कुश्तियां करदे ने, शरीरक तौर पर फिट रहण वास्ते ये चीज़ां उन्हां नूं दित्तियां। आपां जदों गुरु हरगोबिंद साहब दा अगे जीवन विचारांगे उहदे विच काफ़ी गल्लां आपां इहदे नाल रिलेटड करांगे। हुण तुसीं वेखो, जिहड़ा बंदा फिजिकली फिट नहीं, वह कुछ भी नहीं कर सकता, ना वो अपना काम कर सकता, ना वो किसी की हैल्प कर सकता। ठीक है ना, जिहड़ा समय के लिहाज नाल जिन्हों अक्षर भी नहीं पढ़ना आता, वह बेचारा की काम करेगा? वह तो कुछ भी नहीं कर सकता, वह चंगी चंगी जॉब नहीं कर सकता। तो ये चीज़ा इन्हां चीज़ां करके जिहड़ा सी वह सिख धर्म तरक्की करता गया, क्योंकि गुरु साहब समय के मुताबिक हर चीज़ वो ऐड करते गए जिहड़ी जिहड़ी चीज़ की उन्होंने लोड़ पैंदी रही। सो ये दोवें वड्डे काम उन्होंने खडूर साहब की धरती ते। तीसरा एक होर जिहड़ा मेन चीज़ आपां सांझी करनी, वह कि गुरु साहब जी ने जिहड़ा उत्थे लंगर बनता सी, उस लंगर की जिम्मेवारी भला किहदे कोल सी? माता खीवी जी कोल। उस लंगर का की स्टैंडर्ड सी, इहदा जिक्र गुरु ग्रंथ साहब दे विच है। हाँ जी, हाँ, बलवंड खीवी नेक जान जिस बहुती छाऊ पतराली, लंगर दौलत वंडी है रा समृत। चंगी खुराक शरीर नूं तंदुरुस्त रख सकती है ना, जे तुसी मिलावट वाला खाओगे, मिलावट वालियां चीज़ां नूं जबान दे स्वाद करके खांदे रहो, की करो की होगा? फिजिकली असी बीमार हो जावांगे। इस तरह हुंदा ना, जिवें अपने लोग मिलावट वाला दुध पी रहा, मिलावट वाला खोआ खा, हर चीज़ मिलावट वाला, उहदे नाल की हो रहा? फिजिकली वह डाउन हो रहा है, बीमार हो रहा है। गुरु साहब ने वेखो हर चीज़ का किन्ना डूंगा ध्यान रखिया, एजुकेशन का, फिजिकली फिटनेस का, उहदे लई चंगी खुराक। उन्होंने अपने लंगर दे विच बड़ी वधिया खुराक स्टैंडर्ड की जिहड़ी सी शुरू करवाई, ता कि जेड़ा भी इत्थे लंगर छके वो बिल्कुल साफ सुथरा वधिया पौष्टिक भोजन छके, ता कि वो फिजिकली भी फिट रहे। समझे ना, यानी कि वेखो भी गुरु साहब किन्ना ध्यान रख रहा है। इन्ना ध्यान शायद एक माँ बाप भी अपने बच्चों का इस तरह नहीं रखते, जिन्ना ओवरऑल गुरु साहब अपने आले दुआले का, अपने समाज का, अपनी संगत का, अपने सिखा का जिन्ना ध्यान वो कर रहे। ये किड्डी वड्डी गल आ। हुण देखो, अपने घर का काम कई बार आपां नूं कहिंदे ना, अपने पेरेंट्स कहिंदे वी आह काम करो, आपां कहिंदे कोई नहीं कर लांगे छड्डो, पर हालांकि अपना ही हुंदा ना अपने घर का। जे आपां अपने घर का काम करांगे तो उहदे नाल तरक्की किहदी होगी? साडी होऊ ना। पर आपां कई बार वह भी छड्ड दिंदे वी छड्डो परां, मैं कार्टून वेखने, मैं फिल्म वेखनी, मैं इधर जाना, मैं गेम खेडनी, वगैरह वगैरह हुंदा ना। अपना काम करन वास्ते ही आपां कई बार तैयार नहीं हुंदे। पर जे सानू कोई कहे भी तुसी अपने आले दुआले का थोड़ा जिहा काम करिया करो, रोज़ 10 मिनट कढ के 15 मिनट, तो किन्ना औखा औखा हुंदा ना। अपने गुआंढी की हैल्प करन वास्ते टाइम कढ़ना होवे, असी तो अपने घर नहीं कढ़दे, जे गुआंढी की हैल्प वास्ते कढ़ना पवे तो किन्ना औखा।
ਜੇ ਸੁਸਾਇਟੀ 'ਚ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ, ਜਿਨ੍ਹਾਂ ਨੂੰ ਜਿਨ੍ਹਾਂ ਨਾਲ ਆਪਣਾ ਕੋਈ ਰਿਲੇਸ਼ਨ ਨਹੀਂ ਹੈਗਾ, ਜੇ ਆਪਾਂ ਨੂੰ ਉਹਨਾਂ ਵਾਸਤੇ ਟਾਈਮ ਕੱਢਣਾ ਪਵੇ, ਜੇ ਉਹਨਾਂ ਦੀ ਮਦਦ ਕਰਨ ਵਾਸਤੇ ਜਾਣਾ ਪਵੇ ਤਾਂ ਕਿੰਨਾ ਔਖਾ ਲੱਗੂਗਾ। ਇਹਨੂੰ ਕੀ ਕਹਿੰਦੇ ਨੇ? ਪਰਉਪਕਾਰ। ਕਿਸੇ ਦੂਸਰੇ ਵਾਸਤੇ ਜਦੋਂ ਤੁਸੀਂ ਕੁਝ ਚੰਗਾ ਕਰਦੇ ਹੋ ਉਹਨੂੰ ਕੀ ਕਹਿੰਦੇ ਨੇ? ਪਰਉਪਕਾਰ। ਇਹਨੂੰ ਸੇਵਾ ਵੀ ਕਹਿੰਦੇ ਨੇ। ਇਹਨੂੰ ਕੀ ਕਹਿੰਦੇ ਨੇ? ਸੇਵਾ, ਪਰਉਪਕਾਰ। ਗੁਰੂ ਸਾਹਿਬ ਕਿੰਨੇ ਵੱਡੇ ਮਨੁੱਖਤਾ ਦੇ ਸੇਵਾਦਾਰ ਅਤੇ ਕਿੱਡੇ ਵੱਡੇ ਪਰਉਪਕਾਰੀ ਸਨ, ਤੁਸੀਂ ਇਹਨਾਂ ਚੀਜ਼ਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕਿੰਨਾ ਸੋਚ ਰਹੇ ਆ ਲੋਕਾਂ ਬਾਰੇ। ਉਹਨਾਂ ਦਾ ਸੋਚਣਾ ਲੋਕਾਂ ਦੇ ਕਿੰਨਾ ਪਰਉਪਕਾਰ ਦੇ ਵਿੱਚ, ਹਿੱਤ ਵਿੱਚ, ਭਲੇ ਵਿੱਚ ਜਾਂਦਾ। ਸੋ ਉਹਨਾਂ ਨੇ ਆਪਣੀ ਜਗ੍ਹਾ ਦੇ ਉੱਤੇ ਕਿਹਦੀ ਚੋਣ ਕੀਤੀ? ਤੀਸਰੀ ਜਗ੍ਹਾ 'ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਲਈ ਕਿਹਦੀ ਚੋਣ ਕੀਤੀ? ਹਾਂ, ਗੁਰੂ ਅਮਰਦਾਸ ਸਾਹਿਬ ਜੀ, ਤੀਸਰੇ ਪਾਤਸ਼ਾਹ। ਅੱਛਾ, ਬਾਬਾ ਅਮਰਦਾਸ ਸਾਹਿਬ ਜਦੋਂ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜਦੋਂ ਅਜੇ ਗੁਰੂ ਸਾਹਿਬ ਜੀ ਨੂੰ ਨਹੀਂ ਸੀ ਮਿਲੇ ਤਾਂ ਉਹ ਪਹਿਲਾਂ ਉਹਨਾਂ ਦੀ ਲਾਈਫ ਕਿਹੋ ਜਿਹੀ ਸੀ? ਕੋਈ ਤੁਹਾਨੂੰ ਕਿਸੇ ਨੂੰ ਅੰਦਾਜ਼ਾ ਹੋਵੇ ਮਾੜਾ ਜਿਹਾ, ਕੀ ਕਰਦੇ ਸੀ ਉਹ? ਹਾਂ, ਤੀਰਥਾਂ 'ਤੇ ਜਾਂਦੇ ਸੀ, ਗੰਗਾ ਦਾ ਇਸ਼ਨਾਨ ਕਰਨ ਵਾਸਤੇ ਹਰਿਦੁਆਰ ਜਾਂਦੇ ਸੀ ਉਹ ਹਰ ਸਾਲ। 21 ਵਾਰ ਗਏ ਉਹ। ਕਿੰਨੀ ਵਾਰ? 21 ਵਾਰ ਗਏ। ਉਹ ਜੋਤਸ਼ੀਆਂ ਕੋਲ ਬੈਠਦੇ ਸੀ, ਜਿਹੜੇ ਸੰਨਿਆਸੀ ਉਦਾਸੀ ਸਾਧੂ ਆਉਂਦੇ ਨੇ ਉਹਨਾਂ ਦੀ ਸੰਗਤ, ਉਹਨਾਂ ਦੀ ਬੜੀ ਸੇਵਾ ਕਰਦੇ ਸੀ, ਵਗੈਰਾ ਵਗੈਰਾ। ਯਾਨੀ ਕਿ ਇੱਕ ਬੰਦਾ ਸ਼ਰਧਾ ਵਸ ਜਿੰਨੇ ਵੀ ਕੰਮ, ਧਾਰਮਿਕ ਕੰਮ ਦੁਨੀਆਂ 'ਚ ਕਰ ਸਕਦਾ ਉਹ ਸਾਰੇ ਕਰਦੇ ਸੀ। ਪਰ ਉਹਨਾਂ ਦੇ ਜੀਵਨ 'ਚ ਬਦਲਾਅ ਕਿੱਥੋਂ ਆਇਆ? ਹਾਂਜੀ, ਹਾਂ, ਬੀਬੀ ਅਮਰੋ ਜੀ ਕਰਕੇ। ਬੀਬੀ ਅਮਰੋ ਜੀ ਕੌਣ ਨੇ? ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ। ਠੀਕ ਹੈ ਜੀ, ਦੋ ਪੁੱਤਰ ਸਨ ਗੁਰੂ ਅੰਗਦ ਸਾਹਿਬ ਜੀ ਦੇ, ਦੋ ਸਪੁੱਤਰੀਆਂ ਸਨ। ਠੀਕ ਹੈ ਜੀ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਦੋ ਪੁੱਤਰ, ਬੀਬੀ ਅਮਰੋ ਅਤੇ ਬੀਬੀ ਅਨੋਖੀ ਜੀ ਦੋ ਧੀਆਂ। ਠੀਕ ਆ, ਬੀਬੀ ਅਮਰੋ ਜਿਹੜੀ ਸੀ ਉਹ ਬਾਬਾ ਅਮਰਦਾਸ ਸਾਹਿਬ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਯਾਨੀ ਕਿ ਉਦੋਂ ਫੈਮਿਲੀ ਇਕੱਠੀ, ਜੁਆਇੰਟ ਫੈਮਿਲੀ ਹੁੰਦੀ ਸੀ। ਠੀਕ ਆ, ਚਾਚੇ ਤਾਏ ਸਭ ਇਕੱਠੇ ਹੀ ਇੱਕੇ ਪਰਿਵਾਰ ਦੇ ਵਿੱਚ ਹੀ ਰਹਿੰਦੇ ਸੀ, ਇੱਕੇ ਜਗ੍ਹਾ ਖਾਣਾ, ਇੱਕੇ ਜਗ੍ਹਾ ਬੈਠਣਾ, ਸਾਂਝਾ ਪਰਿਵਾਰ, ਇਸ ਤਰ੍ਹਾਂ ਦੀ ਯਾਨੀ ਕਿ ਫੈਮਿਲੀ। ਅੱਜ ਵੀ ਕਈ ਜਗ੍ਹਾ 'ਤੇ ਉੱਤੇ ਹੈਗਾ ਵੀ ਦੋ ਤਿੰਨ ਭਰਾ ਜਿਹੜੇ ਨੇ ਉਹ ਇਕੱਠੇ ਹੀ ਰਹਿੰਦੇ ਨੇ ਅਤੇ ਇਸ ਤਰ੍ਹਾਂ ਉਹਨਾਂ ਦੀ ਜੁਆਇੰਟ ਫੈਮਿਲੀ ਆ ਅਤੇ ਉਹ ਸਾਰਾ ਉਹਨਾਂ ਦੀ ਕਿਰਤ ਵੀ ਇਕੱਠੀ ਆ, ਉਹਨਾਂ ਦਾ ਰੋਟੀ ਪਾਣੀ ਵੀ ਇੱਕੇ ਜਗ੍ਹਾ ਬਣਦਾ, ਇਸ ਤਰ੍ਹਾਂ ਦਾ ਪਰਿਵਾਰਕ ਮਾਹੌਲ ਹੁੰਦਾ। ਤਾਂ ਬੀਬੀ ਅਮਰੋ ਜੀ, ਉਹਨਾਂ ਬਾਰੇ ਇਤਿਹਾਸ ਵਿੱਚ ਲਿਖਿਆ ਵੀ ਉਹਨਾਂ ਨੂੰ ਜਪਜੀ ਸਾਹਿਬ ਦੀ ਬਾਣੀ, ਉਹਨਾਂ ਨੂੰ ਓਅੰਕਾਰ ਦੀ ਬਾਣੀ, ਉਹਨਾਂ ਨੂੰ ਆਸਾ ਕੀ ਵਾਰ ਅਤੇ ਸਿੱਧ ਗੋਸ਼ਤ ਦੀਆਂ ਬਾਣੀਆਂ ਜ਼ਬਾਨੀ ਯਾਦ ਸਨ, ਕੰਠ ਸਨ। ਠੀਕ ਹੈ ਜੀ, ਉਹ ਕਿਉਂਕਿ ਗੁਰੂ ਸਾਹਿਬ ਦੀ ਧੀ ਵੀ ਸੀ ਅਤੇ ਗੁਰੂ ਸੰਗਤ ਵਿੱਚ ਉਹਨਾਂ ਨੂੰ ਬਾਣੀ ਦਾ ਗਿਆਨ ਵੀ ਆਇਆ ਅਤੇ ਚੰਗੇ ਜੀਵਨ ਵਾਲੇ ਸਨ। ਉਹ ਫਿਰ ਆਪਣੇ ਸਹੁਰੇ ਘਰ ਜਾ ਕੇ ਨਾ ਕਿਰਤਕਾਰ ਕਰਦਿਆਂ ਬਾਣੀ ਪੜ੍ਹਦੇ ਰਹਿੰਦੇ। ਬਾਣੀ ਯਾਦ ਹੋਵੇ ਤਾਂ ਬਾਣੀ ਬੰਦਾ ਪੜ੍ਹ ਲੈਂਦਾ, ਜੇ ਨਾ ਯਾਦ ਹੋਵੇ ਤਾਂ ਫਿਰ। ਇਸੇ ਕਰਕੇ ਕਿਹਾ ਜਾਂਦਾ ਨਾ ਵੀ ਸਿੱਖ ਨੂੰ ਬਾਣੀ ਜ਼ਰੂਰ ਕੰਠ ਹੋਣੀ ਚਾਹੀਦੀ ਆ, ਜਿੰਨੀ ਕੁ ਵੀ ਹੋ ਸਕੇ। ਕਿਉਂ ਭਲਾ? ਕਿਉਂਕਿ ਆਪਾਂ ਕਿਤੇ ਸਫ਼ਰ 'ਤੇ ਜਾ ਰਹੇ ਹਾਂ, ਕੋਈ ਕੰਮ ਕਰ ਰਹੇ ਹਾਂ ਅਤੇ ਆਪਾਂ ਉਸ ਵੇਲੇ ਮੰਨ ਲਓ ਆਪਾਂ ਹੋਰ ਕੁਝ ਨਹੀਂ, ਆਪਾਂ ਫਿਜ਼ੀਕਲੀ ਕੋਈ ਕੰਮ ਕਰ ਰਹੇ ਹਾਂ ਅਤੇ ਕੋਈ ਸ਼ਬਦ, ਕੋਈ ਬਾਣੀ ਆਪਾਂ ਰੈਗੂਲਰ ਪੜ੍ਹ ਸਕਦੇ ਹਾਂ ਤਾਂ ਕਿ ਸਾਨੂੰ ਬਾਣੀ ਦਾ ਉਪਦੇਸ਼ ਜਿਹੜਾ ਵਾ ਉਹ ਪਤਾ ਰਹੇ, ਚੇਤੇ 'ਚ ਰਹੇ। ਉਹ ਦੁੱਧ ਰਿੜਕਦੇ ਸਨ ਅਤੇ ਉਦੋਂ ਬਾਣੀ ਦਾ ਪਾਠ ਕਰ ਰਹੇ ਸਨ ਅਤੇ ਬਾਬਾ ਅਮਰਦਾਸ ਸਾਹਿਬ ਜੀ ਨੇ ਸੁਣਿਆ। ਜਦੋਂ ਉਹਨਾਂ ਨੇ ਸੁਣਿਆ ਤਾਂ ਉਹਨਾਂ ਨੇ ਪੁੱਛਿਆ ਵੀ ਆਪਣੀ ਬੀਬੀ ਅਮਰੋ ਜੀ ਨੂੰ, ਆਪਣੀ ਨੂੰਹ ਧੀ ਨੂੰ ਪੁੱਛਿਆ ਵੀ ਪੁੱਤਰ ਇਹ ਕੀ ਪੜ੍ਹਦੇ ਹੋ? ਉਹਨਾਂ ਨੇ ਆਖਿਆ ਜੀ ਇਹ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਨਾਨਕ ਸਾਹਿਬ ਦਾ ਸ਼ਬਦ ਆ। ਉਹ ਗੱਲ ਬਾਬਾ ਅਮਰਦਾਸ ਸਾਹਿਬ ਨੇ ਸੁਣੀ, ਉਹਨਾਂ ਨੂੰ ਬੜੀ ਚੰਗੀ ਲੱਗੀ। ਫਿਰ ਉਹ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਆਏ, ਗੁਰੂ ਅੰਗਦ ਸਾਹਿਬ ਜੀ ਦੀ ਸੰਗਤ ਕਰਕੇ, ਉਹਨਾਂ ਦਾ ਉਪਦੇਸ਼ ਸੁਣ ਕੇ, ਜਿੰਨੀ ਗੱਲ ਸਮਝ, ਉਹਨਾਂ ਨੂੰ ਲੱਗਿਆ ਵੀ ਮੈਂ ਗਲਤ ਰਾਹ 'ਤੇ ਜਾ ਰਿਹਾ, ਮੈਂ ਭਟਕ ਰਿਹਾ, ਮੈਨੂੰ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆ ਕੇ ਕੁਝ ਰਹਿ ਕੇ ਕੁਝ ਸਮਾਂ ਕੁਝ ਜਾਣਨਾ ਚਾਹੀਦਾ ਧਰਮ ਕੀ ਆ। ਸੋ ਉਹਨਾਂ ਨੇ ਆਪਣੀ ਲਾਈਫ ਦੇ 12 ਸਾਲ, ਕਿੰਨਾ ਸਮਾਂ, 12 ਸਾਲ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬਤੀਤ ਕੀਤੇ। ਉਹਨਾਂ ਵੀ ਉਸ ਤਰ੍ਹਾਂ ਹੀ ਸੇਵਾ ਕੀਤੀ ਜਿਸ ਤਰ੍ਹਾਂ ਆਪਾਂ ਪਹਿਲਾਂ
ਗੁਰੂ ਅੰਗਦ ਸਾਹਿਬ ਬਾਰੇ, ਭਾਈ ਲਹਿਣਾ ਜੀ ਬਾਰੇ ਗੱਲ ਕੀਤੀ ਹੈ ਨਾ, ਇਸੇ ਤਰ੍ਹਾਂ ਹੀ ਉਹਨਾਂ ਨੇ ਫਿਜ਼ੀਕਲੀ, ਮੈਂਟਲੀ, ਹਰ ਤਰੀਕੇ ਨਾਲ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਉਣਾ, ਸਮਝਣਾ, ਵਿਚਾਰਨਾ, ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਵੇਖੀਆਂ। ਫਿਰ ਉਹ ਇੰਨੇ ਪਰਪੱਕ ਹੋ ਗਏ, ਠੀਕ ਆ, ਉਹਨਾਂ ਦੀ ਪਰਸਨੈਲਿਟੀ ਇੰਨੀ ਡਿਵੈਲਪ ਹੋ ਗਈ ਵੀ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਜਗ੍ਹਾ ਦੇ ਉੱਤੇ ਸਿਲੈਕਸ਼ਨ ਕੀਤੀ ਤਾਂ ਉਹਨਾਂ ਨੇ ਬਾਬਾ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਸੋ ਸਿੱਖਾਂ ਦੇ ਤੀਸਰੇ ਗੁਰੂ ਕਹਿਲਾਏ। ਗੁਰੂ ਅਮਰਦਾਸ ਮਹਾਰਾਜ ਜੀ ਖਡੂਰ ਸਾਹਿਬ ਤੋਂ ਉਹਨਾਂ ਨੇ ਨਵਾਂ ਨਗਰ ਵਸਾਇਆ। ਉਸ ਨਵਾਂ ਨਗਰ ਦਾ ਨਾਂ ਕੀ ਸੀ? ਗੋਇੰਦਵਾਲ। ਕੀ ਨਾਂ ਸੀ? ਗੋਇੰਦਵਾਲ। ਇਹ ਨਗਰ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੇ ਹੁਕਮ ਸਦਕਾ ਵਸਾਇਆ ਸੀ ਅਤੇ ਫਿਰ ਉਹ ਇੱਥੇ ਆ ਕੇ ਉਹਨਾਂ ਨੇ ਆਪਣਾ ਇਹਨੂੰ ਸੈਂਟਰ ਬਣਾ ਲਿਆ ਧਰਮ ਪ੍ਰਚਾਰ ਵਾਸਤੇ। ਬਿਆਸ ਦਰਿਆ ਦੇ ਕੰਢੇ ਦੇ ਉੱਤੇ ਗੋਇੰਦਵਾਲ ਨਗਰ, ਠੀਕ ਹੈ। ਇੱਥੇ ਉਹਨਾਂ ਨੇ ਜਿਹੜੀਆਂ ਪਹਿਲੇ ਗੁਰੂ ਸਾਹਿਬਾਨਾਂ ਨੇ ਜੋ ਸਿਸਟਮ ਸ਼ੁਰੂ ਕੀਤਾ ਸੀ ਉਹਨੂੰ ਹੋਰ ਅੱਗੇ ਚਲਾਇਆ। ਉਹਨਾਂ ਦੇ ਦਰਬਾਰ ਦੇ ਵਿੱਚ ਜਾਣ ਦਾ ਇੱਕ ਰੂਲ ਸੀਗਾ, ਉਹ ਕੀ? ਪਹਿਲੇ ਪੰਗਤ ਪਾਛੈ ਸੰਗਤ। ਇਹ ਉਹਨਾਂ ਦਾ ਰੂਲ ਸੀ ਵੀ ਜਿਹੜੀ ਵੀ ਸੰਗਤ ਆ ਰਹੀ ਆ ਉਹ ਪਹਿਲਾਂ ਇੱਕੇ ਜਗ੍ਹਾ 'ਤੇ, ਸਾਂਝੀ ਜਗ੍ਹਾ 'ਤੇ ਬੈਠ ਕੇ ਪ੍ਰਸ਼ਾਦਾ ਛਕਣ, ਸਰੀਰਕ ਲੋੜ ਪੂਰੀ ਕਰਨ, ਅਤੇ ਨਾਲ ਨਾਲ ਇੱਕੇ ਜਗ੍ਹਾ 'ਤੇ ਬੈਠ ਕੇ ਜਦੋਂ ਇੱਕ ਦੂਜੇ ਨੂੰ ਵਰਤਾਉਣਗੇ, ਇੱਕ ਦੂਜੇ ਨੂੰ ਖਵਾਉਣਗੇ, ਇੱਕ ਦੂਜੇ ਦੇ ਜੂਠੇ ਭਾਂਡੇ ਪੱਤਲ ਚੁੱਕਣਗੇ, ਉਹਨਾਂ 'ਚ ਆਪਸੀ ਇੱਕ ਰਿਲੇਸ਼ਨ ਪੈਦਾ ਹੋਊਗਾ, ਫਿਰ ਉਹ ਸੰਗਤ ਵਿੱਚ ਆਉਣ, ਫਿਰ ਸੰਗਤ ਵਿੱਚ ਜਦੋਂ ਬੈਠਣਗੇ ਫਿਰ ਇੱਥੇ ਆ ਕੇ ਉਹ ਬੜੇ ਆਰਾਮ ਨਾਲ ਬਾਣੀ ਦੀ ਵਿਚਾਰ, ਉਪਦੇਸ਼ ਗੁਰੂ ਦਾ ਸੁਣ ਸਕਦੇ ਆ। ਸੋ ਉਹਨਾਂ ਦੇ ਜੀਵਨ ਵਿੱਚ ਬੜੀਆਂ ਮੌਲਿਕ ਘਟਨਾਵਾਂ ਨੇ, ਪਰ ਆਪਾਂ ਦੋ ਚਾਰ ਬੇਸਿਕ ਚੀਜ਼ਾਂ ਉਹਨਾਂ ਦੀ ਲਾਈਫ ਦੀਆਂ ਆਪਾਂ ਜਿਹੜੀਆਂ ਉਹ ਸਾਂਝੀਆਂ ਕਰਦੇ। ਇੱਕ ਬਾਦਸ਼ਾਹ ਉਸ ਵੇਲੇ ਹਿੰਦੁਸਤਾਨ ਦਾ ਉਹਨਾਂ ਦੇ ਦਰਬਾਰ ਵਿੱਚ ਆਇਆ, ਉਹਦਾ ਨਾਂ ਕੀ ਸੀ? ਅਕਬਰ। ਅਕਬਰ ਦਾ ਸਟੇਟਸ ਉਵੇਂ ਹੀ ਸੀ ਜਿਵੇਂ ਅੱਜ ਦੇ ਰਾਸ਼ਟਰਪਤੀ ਦਾ, ਪ੍ਰੈਜ਼ੀਡੈਂਟ ਦਾ ਹੁੰਦਾ, ਸਮਝੇ ਨਾ। ਅੱਜ ਜਿਵੇਂ ਹੁਣ ਮੰਨ ਲਓ ਇੱਥੇ ਰਾਸ਼ਟਰਪਤੀ ਨੇ ਆਉਣਾ ਹੋਵੇ ਅਤੇ ਆਪਾਂ ਉਹਨੂੰ ਕਹੀਏ ਵੀ ਉਹਦੇ ਆਦਮੀ ਪਹਿਲਾਂ ਸਾਡੇ ਕੋਲ ਆਉਣ ਵੀ ਰਾਸ਼ਟਰਪਤੀ ਆ, ਆਪਾਂ ਨੂੰ ਕਹੀਏ ਜੀ ਪਹਿਲਾਂ ਤੁਹਾਨੂੰ ਤੁਸੀਂ ਪੰਗਤ 'ਚ ਬੈਠੋ ਫਿਰ ਤੁਸੀਂ ਅੰਦਰ ਆਓ, ਇਹ ਕਿੱਡੀ ਵੱਡੀ ਗੱਲ ਆ, ਠੀਕ ਆ ਨਾ। ਅਤੇ ਜਿਹੜੇ ਲੋਕ, ਜਿਹੜੇ ਗੁਰੂ ਸਾਹਿਬ ਜੀ ਦੇ ਸਿੱਖ ਆ, ਉਸੇ ਤਰ੍ਹਾਂ ਸਧਾਰਨ ਤਰੀਕੇ ਨਾਲ ਕੋਈ ਆਪਣੀ ਸੇਵਾ ਕਰ ਰਿਹਾ, ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਉਹ ਨਿਭਾ ਰਿਹਾ। ਅਤੇ ਜੇ ਮੰਨ ਲਓ ਅੱਜ ਪ੍ਰੈਜ਼ੀਡੈਂਟ ਨੇ ਆਉਣਾ, ਆਪਾਂ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਪੈਂਟ ਕੋਟ ਪਾਉਣ ਚਲੇ ਜਾਵਾਂਗੇ, ਟਾਈ ਲਾਉਣ ਚਲੇ ਜਾਵਾਂਗੇ, ਵੀ ਮੇਰੇ ਵੱਲ ਵੇਖਿਓ ਵੀ ਮੈਂ ਕਿੰਨਾ ਸੋਹਣਾ ਲੱਗਦਾ, ਇਸ ਤਰ੍ਹਾਂ ਹੀ ਹੈ ਨਾ। ਜਾਨੀ ਕਿ ਅਸੀਂ ਫਿਜ਼ੀਕਲੀ ਵਿਖਾਵਾ ਜ਼ਿਆਦਾ ਕਰਦੇ ਹਾਂ ਪਰ ਸਾਡਾ ਵਿਹਾਰ ਜਿਹੜਾ ਵਾ ਉਹ ਜਿਹਾ ਇੰਨਾ ਸੋਹਣਾ ਨਹੀਂ ਹੁੰਦਾ। ਗੁਰੂ ਸਾਹਿਬ ਨੇ ਸਭ ਤੋਂ ਵੱਧ ਮਹੱਤਤਾ ਕਿਹੜੀ ਚੀਜ਼ ਨੂੰ ਦਿੱਤੀ? ਵੀ ਤੁਹਾਡਾ ਵਿਹਾਰ, ਤੁਹਾਡਾ ਬਿਹੇਵ ਸਾਦਾ ਅਤੇ ਸੋਹਣਾ ਹੋਣਾ ਚਾਹੀਦਾ। ਜੇ ਕਿਰਤ ਕਰਦੇ ਹਾਂ ਤੁਹਾਡੇ ਕੱਪੜੇ ਮੈਲੇ ਨੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਠੀਕ ਆ। ਤੁਸੀਂ ਕੱਚੇ ਘਰ ਵਿੱਚ ਰਹਿੰਦੇ ਹੋ, ਤੁਸੀਂ ਝੌਂਪੜੀ ਵਿੱਚ ਰਹਿੰਦੇ ਹੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਤੁਸੀਂ ਇਨਸਾਨ ਚੰਗੇ ਹੋ ਤਾਂ ਤੁਸੀਂ ਧਰਮੀ ਹੋ। ਜੇ ਤੁਸੀਂ ਚੰਗੇ ਇਨਸਾਨ ਨਹੀਂ ਫਿਰ ਭਾਵੇਂ ਤੁਸੀਂ ਬਹੁਤ ਸੋਹਣੇ ਮਹਿਲ ਵਿੱਚ ਰਹਿੰਦੇ ਹੋ ਫਿਰ ਕੋਈ ਫਾਇਦਾ ਨਹੀਂ, ਠੀਕ ਆ ਨਾ। ਹੁਣ ਕੀ ਹੁੰਦਾ ਤੁਸੀਂ ਵੇਖੋ ਨਾ, ਮੈਂ ਇੱਕ ਐਗਜ਼ੈਂਪਲ ਤੁਹਾਡੇ ਨਾਲ ਸ਼ੇਅਰ ਕਰਦਾ। ਇੱਕ ਬੰਦਾ ਬਹੁਤ ਅਮੀਰ ਆ, ਉਹਦੇ ਘਰ ਕਿੰਨੀਆਂ ਗੱਡੀਆਂ ਖੜੀਆਂ, ਕਿੰਨੇ ਨੌਕਰ ਨੇ, ਕਿੰਨੀ ਵੱਡੀ ਕੋਠੀ, ਕਿੰਨਾ ਵੱਡਾ ਬਿਜ਼ਨਸ, ਪਰ ਜਿਹੜੇ ਬੰਦੇ ਉਹਦੇ ਕੋਲ ਕੰਮ ਕਰਦੇ ਉਹ ਉਹਨਾਂ ਦੇ ਪੈਸੇ ਵੀ ਪੂਰੇ ਨਹੀਂ ਦਿੰਦਾ। ਤੁਸੀਂ ਕੀ ਕਹੋਗੇ, ਉਹ ਰੱਜਿਆ ਹੋਇਆ ਬੰਦਾ ਕਿ ਭੁੱਖਾ ਬੰਦਾ? ਭੁੱਖਾ ਬੰਦਾ ਨਾ, ਰੱਜਿਆ ਹੋਇਆ ਕੌਣ ਆ? ਜਿਹੜਾ ਆਪਣੀ ਕਿਰਤ ਧਰਮ ਦੀ ਕਰਦਾ, ਕਿਸੇ ਦਾ ਹੱਕ ਨਹੀਂ ਮਾਰਦਾ, ਉਹ ਅੱਛਾ ਮੰਨ ਲਓ ਇੱਕ ਤਕੜਾ ਆਦਮੀ ਆ, ਉਹ ਸਾਡਾ ਹੱਕ ਮਾਰ ਰਿਹਾ, ਠੀਕ ਆ। ਆਪਣਾ ਪਰਸ ਕਿਤੇ ਡਿੱਗ ਜਾਂਦਾ, ਇੱਕ ਰਿਕਸ਼ਾ ਚਲਾਉਣ ਵਾਲਾ ਜਾਂ ਇੱਕ ਮਜ਼ਦੂਰ ਬੰਦਾ ਚੁੱਕ ਕੇ ਸਾਨੂੰ ਮਗਰੋਂ ਆਵਾਜ਼ ਦੇ ਕਹਿੰਦਾ ਜੀ ਤੁਹਾਡਾ ਪਰਸ ਡਿੱਗ ਪਿਆ, ਲੈ ਜਾਓ। ਆਪਾਂ ਨੂੰ ਦੋਵਾਂ 'ਚੋਂ ਕਿਹੜਾ ਚੰਗਾ ਲੱਗੂਗਾ? ਜਿਸ ਬੰਦੇ ਨੇ ਇਮਾਨਦਾਰੀ ਵਿਖਾਈ ਉਹ ਚੰਗਾ ਲੱਗੂ ਨਾ, ਕਿਉਂ? ਅੱਛਾ ਅਮੀਰ ਬੰਦੇ ਨੇ ਕੱਪੜੇ ਸੋਹਣੇ ਪਾਏ ਹੋਏ ਆ, ਜਿਹੜਾ ਗਰੀਬ ਬੰਦਾ ਉਹਦੇ ਕੱਪੜੇ ਮੈਲੇ ਆ, ਪਰ ਸਾਨੂੰ ਉਹ ਜ਼ਿਆਦਾ ਚੰਗਾ ਲੱਗਿਆ, ਕਿਉਂ? ਕਿਉਂਕਿ ਉਹਦਾ ਬਿਹੇਵ ਚੰਗਾ ਸੀ, ਸਮਝੇ ਨਾ। ਬਸ ਇਹ ਜਿਹੜਾ ਸਟੈਂਡਰਡ ਆ ਲਾਈਫ ਦਾ, ਇਹ ਗੁਰੂ ਸਾਹਿਬ ਨੇ ਅਪਣਾਉਣ ਲਈ ਸਾਨੂੰ ਕਿਹਾ ਵੀ ਇਸ ਤਰ੍ਹਾਂ ਦੇ ਚੰਗੇ ਬਣੋ।
ਵੀ ਤੁਹਾਡੇ ਬਿਹੇਵ ਕਰਕੇ ਤੁਹਾਨੂੰ ਲੋਕ ਸੋਹਣਾ ਕਹਿਣ, ਤੁਹਾਨੂੰ ਚੰਗਾ ਕਹਿਣ, ਸਮਝੇ ਨਾ। ਹੁਣ ਗੁਰੂ ਅਮਰਦਾਸ ਸਾਹਿਬ ਜੀ ਹਿੰਦੂ ਧਰਮ ਦੇ ਨਾਲ ਰਿਲੇਟਡ ਸੰਬੰਧ, ਜਿਹੜੇ ਤੀਰਥ ਸੀ, ਮੰਦਰ ਸੀ, ਉੱਥੇ ਵੀ ਗਏ, ਪਰ ਉਹ ਕਿਉਂ ਗਏ? ਉੱਥੇ ਲੋਕਾਂ ਨੂੰ ਦੱਸਣ ਵਾਸਤੇ ਵੀ ਭਾਈ ਇਹਨਾਂ ਵਹਿਮਾਂ 'ਚੋਂ, ਭਰਮਾਂ 'ਚੋਂ, ਅੰਧ ਵਿਸ਼ਵਾਸਾਂ 'ਚੋਂ ਬਾਹਰ ਨਿਕਲੋ। ਤੀਰਥ ਉੱਤੇ ਜਾ ਕੇ ਬੰਦਾ ਕੀ ਕਰਦਾ ਵਾ? ਫਿਜ਼ੀਕਲੀ ਨਹਾਉਂਦਾ ਹੀ ਆ, ਆਪਣੇ ਸਰੀਰ ਨੂੰ ਤੀਰਥ ਦੇ ਪਾਣੀ ਨਾਲ ਧੋ ਲੈਂਦਾ, ਅਤੇ ਕੀ ਸਮਝਦਾ? ਮੇਰੇ ਸਾਰੇ ਪਾਪ ਉਤਰ ਗਏ। ਅੱਛਾ, ਫਿਰ ਆ ਕੇ ਉਹ ਫਿਰ ਚੰਗੇ ਕੰਮ ਕਰਨ ਲੱਗ ਜਾਂਦਾ? ਨਹੀਂ, ਫਿਰ ਉਸ ਤਰ੍ਹਾਂ ਹੀ ਕਰਦਾ। ਉਹਨੂੰ ਜਦੋਂ ਕੋਈ ਪੁੱਛਦਾ ਨਾ ਵੀ ਤੂੰ ਤਾਂ ਪਾਪ ਲਾਉਣ ਵਾਸਤੇ ਗਿਆ, ਤੂੰ ਫਿਰ ਉਸ ਤਰ੍ਹਾਂ ਹੀ ਚੋਰੀਆਂ ਕਰਨ ਲੱਗ ਗਿਆ, ਫਿਰ ਉਹ ਕਹਿੰਦਾ ਆਪਾਂ ਫਿਰ ਨਾ ਆਵਾਂਗੇ। ਯਾਨੀ ਕਿ ਉਹ ਸਾਰੀ ਲਾਈਫ ਇਸ ਤਰ੍ਹਾਂ ਹੀ ਕਰਦਾ, ਨਾ ਆਉਂਦਾ, ਸਾਲ ਬਾਅਦ ਫਿਰ ਆ ਕੇ ਉਹੀ ਕੰਮ। ਉਹਨੂੰ ਕਿਉਂਕਿ ਉਹਦੇ ਮਨ 'ਚ ਇਹ ਖਿਆਲ ਬਹਿ ਜਾਂਦਾ ਵੀ ਨਹਾਤਿਆਂ ਪਾਪ ਉਤਰ ਜਾਂਦੇ ਆ, ਇੱਕ ਸਾਲ ਪੂਰਾ ਆਪਾਂ ਪਾਪ ਕਰਾਂਗੇ ਫਿਰ ਆਪਾਂ, ਯਾਨੀ ਕਿ ਵੈਲਿਡਿਟੀ ਵਧਾਉਂਦਾ ਉਹ ਜਾ ਕੇ ਨਹਾ ਕੇ, ਵੀ ਯਾਨੀ ਕਿ ਲਾਇਸੈਂਸ ਲੈ ਆਉਂਦਾ ਵੀ ਇੱਕ ਸਾਲ ਆਪਾਂ ਫਿਰ ਰੱਜ ਕੇ ਝੂਠ ਬੋਲਾਂਗੇ, ਫਿਰ ਚਲੇ ਜਾਵਾਂਗੇ, ਫਿਰ ਨਾ ਆਏ, ਚਲੋ ਪਾਪ ਪੁਰਾਣੇ ਉਤਰ ਗਏ, ਹੁਣ ਨਵਿਆਂ ਦੀ ਫਿਰ ਉਹ ਸਟਾਰਟਿੰਗ ਕਰ ਲੈਂਦਾ। ਗੁਰਬਾਣੀ ਕੀ ਕਹਿੰਦੀ ਆ? ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਕੀ ਸਮਝਾਇਆ? ਵੀ ਪਾਣੀ ਨਾਲ ਸਰੀਰ ਧੋਣ ਕਰਕੇ ਪਾਪ ਨਹੀਂ ਉਤਰਦੇ। ਪਾਪਾਂ ਤੋਂ ਮੁਕਤ ਕਿਵੇਂ ਹੋਇਆ ਜਾਂਦਾ ਹੈ? ਅੱਛਾ, ਪਾਪ ਹੁੰਦੇ ਕਿੱਥੇ ਆ? ਸਾਡੀ ਸੁਰਤ ਵਿੱਚ, ਸਾਡੇ ਮਨ ਵਿੱਚ। ਉਹ ਕਿਵੇਂ ਉਤਰਦੇ ਆ? ਚੰਗੇ ਕੰਮ ਕਰਨ ਨਾਲ। ਮੰਨ ਲਓ ਜੇ ਤੁਸੀਂ ਚੋਰੀ ਕਰਦੇ ਹੋ, ਚੋਰੀ ਛੱਡ ਕੇ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਤੁਹਾਡਾ ਪਾਪ ਉਤਰ ਜਾਊਗਾ। ਪਾਣੀ ਨਾਲ ਨਹੀਂ, ਚੰਗਾ ਆਚਰਣ, ਉੱਚਾ ਕਰੈਕਟਰ, ਚੰਗੇ ਮੈਨਰਸ ਸਿੱਖਣ ਨਾਲ ਸਾਡੇ ਪਾਪ ਉਤਰ ਜਾਂਦੇ ਹਨ। ਹੁਣ ਇਹ ਬਿਲਕੁਲ ਡਿਫਰੈਂਟ ਗੱਲ ਆ ਨਾ। ਸਾਰੀ ਦੁਨੀਆ ਤੀਰਥਾਂ 'ਤੇ ਇਕੱਠੀ ਹੋ ਰਹੀ ਆ, ਉਹ ਪੰਡਤਾਂ ਦੇ ਕੋਲੋਂ ਮੰਤਰ ਪੜ੍ਹਾ ਰਹੀ ਆ, ਉਸ ਜਗ੍ਹਾ 'ਤੇ ਦਾਨ ਦਕਸ਼ਣਾ ਦੇ ਰਹੀ ਆ, ਸਫ਼ਰ ਕਰ ਰਹੀ ਆ, ਕਿੰਨੀ ਦੁਨੀਆ ਇੱਧਰ ਉੱਧਰ ਜਾ ਰਹੀ ਹੈ ਨਾ। ਹੁਣ ਜਿਹੜੀ ਗੱਲ ਗੁਰੂ ਅਮਰਦਾਸ ਸਾਹਿਬ ਸਮਝਾ ਰਹੇ ਹੋ, ਬਿਲਕੁਲ ਡਿਫਰੈਂਟ ਆ। ਉਹ ਕਹਿੰਦੇ ਤੁਹਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ, ਤੁਸੀਂ ਚੰਗੇ ਕੰਮ ਕਰੋ। ਅੱਛਾ, ਜੇ ਤੁਸੀਂ ਚੰਗੇ ਕੰਮ ਕਰੋ, ਪਾਪ ਸਾਰੇ ਹੀ ਅਸੀਂ ਕਰ ਰਹੇ ਹਾਂ ਅਤੇ ਨਹਾਉਣ ਵੀ ਸਾਰੇ ਹੀ ਜਾ ਰਹੇ ਹਾਂ, ਠੀਕ ਹੈ ਨਾ। ਜਿਹੜੇ ਗੁਆਂਢੀ ਨਾਲ ਮੈਂ ਧੱਕਾ ਕੀਤਾ ਉਹ ਵੀ ਜਾ ਰਿਹਾ ਅਤੇ ਮੈਂ ਵੀ ਜਾ ਰਿਹਾ, ਅਸੀਂ ਇੱਕ ਟ੍ਰੇਨ 'ਚ ਜਾ ਰਹੇ ਇਸ਼ਨਾਨ ਕਰਨ ਵਾਸਤੇ ਗੰਗਾ ਜੀ ਦਾ, ਅਤੇ ਉਹ ਮਨ 'ਚ ਕੀ ਸੋਚਦਾ ਵੀ ਆਹ ਸਾਰਾ ਸਾਲ ਮੇਰੇ ਨਾਲ ਠੱਗੀ ਮਾਰਦਾ, ਅੱਜ ਕਿੰਨਾ ਭਗਤ ਬਣਿਆ ਜਾ ਰਿਹਾ ਵੇਖ, ਇਸ ਤਰ੍ਹਾਂ ਹੀ ਹੁੰਦਾ ਨਾ। ਹੁਣ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਉਹਦਾ ਹੱਕ ਨਾ ਮਾਰੋ, ਤੁਸੀਂ ਉਸ ਬੰਦੇ ਦਾ ਹੱਕ ਨਾ ਮਾਰੋ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਆਪਣੇ ਘਰ ਬਹਿ ਕੇ ਆਪਣੀ ਕਿਰਤ ਕਰਦੇ ਹਾਂ, ਇਹ ਕਮਾ ਸਕਦੇ। ਇਹ ਧਰਮ ਆ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਨੇ ਉੱਥੇ ਜਾ ਕੇ ਲੋਕਾਂ ਨੂੰ ਸਮਝਾਇਆ। ਭਾਰਤ ਵਿੱਚ ਇੱਕ ਸਦੀਆਂ ਤੋਂ ਰਸਮ ਚੱਲੀ ਆ ਰਹੀ ਆ, ਉਹ ਕੀ ਆ? ਕਿਸੇ ਔਰਤ ਦਾ ਪਤੀ ਮਰ ਜਾਏ ਤਾਂ ਉਹਦੀ ਪਤਨੀ ਨੂੰ ਜ਼ਬਰਦਸਤੀ ਉਹਦੀ ਪਤੀ ਦੇ ਚਿਖਾ ਦੇ ਵਿੱਚ ਜਿਉਂਦਿਆਂ ਹੀ ਸੜਨ ਲਈ ਮਜਬੂਰ ਕੀਤਾ ਜਾਂਦਾ। ਉਹਨੂੰ ਕੀ ਕਹਿੰਦੇ ਨੇ? ਸਤੀ ਪ੍ਰਥਾ। ਉਹਨੂੰ ਕੀ ਕਹਿੰਦੇ ਨੇ? ਸਤੀ ਪ੍ਰਥਾ। ਅੱਛਾ, ਸਾਡੇ ਇਸ ਮੁਲਕ ਵਿੱਚ ਸਤੀ ਮੰਦਰ ਵੀ ਬਣੇ ਹੋਏ ਹੈ ਨਾ, ਸਤੀ ਮਾਤਾ ਦੇ ਮੰਦਰ ਵਗੈਰਾ ਇਸ ਤਰ੍ਹਾਂ ਕਰਕੇ। ਹੁਣ ਉਹ ਮਜਬੂਰ ਕਰਕੇ ਔਰਤਾਂ ਨੂੰ, ਠੀਕ ਆ, ਸਟ੍ਰੈਸ ਦੇ ਕੇ ਉਹਨਾਂ ਨੂੰ ਜ਼ਬਰਦਸਤੀ ਉੱਥੇ ਬਹਿਣ ਲਈ ਮਜਬੂਰ ਕੀਤਾ ਜਾਂਦਾ, ਮਜਬੂਰ ਕੀਤਾ ਜਾਂਦਾ ਨਾ। ਉਹ ਵਿਚਾਰੀਆਂ ਜਿਉਂਦੀਆਂ ਹੀ ਸੜ ਜਾਂਦੀਆਂ, ਜਿਹੜਾ ਮਰ ਗਿਆ ਉਹਨੂੰ ਤਾਂ ਸੜਨਾ ਹੀ ਸੜਨਾ, ਜਿਹਨੂੰ ਨਹੀਂ ਅਜੇ ਕੋਈ ਨੈਚੁਰਲ ਮੌਤ ਆਈ, ਜਿਹਦੀ ਅਜੇ ਨੈਚੁਰਲ ਡੈਥ ਨਹੀਂ, ਉਹਨੂੰ ਧੱਕੇ ਨਾਲ ਅੱਗ 'ਚ ਸੜਨ ਲਈ ਮਜਬੂਰ ਕੀਤਾ ਜਾਂਦਾ। ਜਦੋਂ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਕੋਲ ਆਇਆ, ਉਹਨੇ ਕਿਹਾ ਜੀ ਮਹਾਰਾਜ ਮੈਂ ਤੁਹਾਡਾ ਲੰਗਰ ਛਕਿਆ, ਬੜਾ ਵਧੀਆ ਇੱਥੋਂ ਦਾ ਪ੍ਰਬੰਧ, ਮੈਂ ਬੜਾ ਖੁਸ਼ ਹੋਇਆ, ਅਤੇ ਮੈਂ ਚਾਹੁੰਦਾ ਤੁਹਾਡੇ ਲੰਗਰ ਦੇ ਨਾਮ ਮੈਂ ਕੁਝ ਜਗੀਰ ਮਤਲਬ ਸਮਝਦੇ ਹੋ ਵੀ ਕੁਝ ਪਿੰਡ, ਉਹਨਾਂ ਦਾ ਉਹਨਾਂ ਬਾਰੇ ਨਾ ਐਗਰੀਮੈਂਟ ਲਿਖ ਕੇ ਦੇ ਦੇਣਾ ਵੀ ਇਹਨਾਂ ਦਾ ਜਿੰਨਾ ਟੈਕਸ ਆਊਗਾ ਉਹ ਤੁਸੀਂ ਆਪਣੇ ਲੰਗਰ 'ਚ ਯੂਜ਼ ਕਰ ਸਕਦੇ ਹੋ, ਯਾਨੀ ਕਿ ਜਿਹਨੂੰ ਆਪਾਂ ਕਹਿੰਦੇ ਏਡ ਦੇ ਦੇਣੀ, ਠੀਕ ਆ, ਵੀ ਸਰਕਾਰ ਪੈਸਾ ਦੇਣ ਲੱਗ ਪਵੇ ਕੁਝ ਪਰਸੈਂਟ ਕਿਸੇ ਸੰਸਥਾ ਵਾਸਤੇ, ਠੀਕ ਆ। ਗੁਰੂ ਸਾਹਿਬ ਨੂੰ ਜਦੋਂ ਇਹ ਕਿਹਾ ਤਾਂ ਮਹਾਰਾਜ ਨੇ ਕਿਹਾ ਵੀ ਨਹੀਂ, ਸਾਨੂੰ ਇਸ ਚੀਜ਼ ਦੀ ਲੋੜ ਨਹੀਂ। ਉਹਨੇ ਕਿਹਾ ਮਹਾਰਾਜ ਜੇ ਸਰਕਾਰ ਤੁਹਾਨੂੰ ਪੈਸਾ ਦਿੰਦੀ ਆ ਤਾਂ ਇਹਦੇ ਨਾਲ ਤੁਹਾਡਾ ਲੰਗਰ ਵਧੀਆ ਚੱਲੂਗਾ, ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਰਹੂਗੀ ਵੀ ਕਿਸੇ ਵੇਲੇ ਘਾਟਾ ਵੀ ਪੈ ਸਕਦਾ। ਮਹਾਰਾਜ ਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਪੈਸਾ ਨਹੀਂ ਲੈਣਾ।
ਸਾਡਾ ਜਿਹੜਾ ਲੰਗਰ ਆ ਉਹ ਸਾਰੀ ਸੰਗਤ ਦਾ ਸਾਂਝਾ ਲੰਗਰ ਆ। ਇਹਦੇ ਵਿੱਚ ਕੀ ਹੁੰਦਾ, ਕੋਈ ਬੰਦਾ ਬਹੁਤ ਥੋੜ੍ਹਾ ਲੈ ਕੇ ਆਉਂਦਾ, ਠੀਕ ਆ, ਕੋਈ ਜ਼ਿਆਦਾ ਲੈ ਕੇ ਆਉਂਦਾ, ਥੋੜ੍ਹਾ ਜਿਹਾ ਜ਼ਿਆਦਾ ਲਿਆਉਣ ਵਾਲੇ ਦਾ ਕੋਈ ਨਾਂ ਨਹੀਂ ਜਾਣਦਾ। ਸਾਰੇ ਇੱਥੇ ਵਲੰਟੀਅਰ ਬਣ ਕੇ, ਸੇਵਾਦਾਰ ਬਣ ਕੇ, ਨਿਮਰਤਾ 'ਚ ਸੇਵਾ ਕਰਦੇ ਆ, ਠੀਕ ਆ। ਕੋਈ ਵਰਤਾ ਰਿਹਾ, ਕੋਈ ਬਣਾ ਰਿਹਾ, ਕੋਈ ਛਕਾ ਰਿਹਾ, ਕੋਈ ਜੂਠੇ ਪੱਤਲ ਚੁੱਕ ਰਿਹਾ, ਕੋਈ ਥੋੜ੍ਹਾ ਲਿਆ ਰਿਹਾ, ਕੋਈ ਬਹੁਤਾ ਲਿਆ ਰਿਹਾ। ਇਹਦੇ ਨਾਲ ਇਹਨਾਂ ਲੋਕਾਂ ਦੇ ਵਿੱਚ ਆਪਸੀ ਰਿਲੇਸ਼ਨ ਬਣਦਾ। ਜੇ ਅਸੀਂ ਤੁਹਾਡੇ ਪੈਸੇ ਨਾਲ ਲੰਗਰ ਚਲਾ ਲਿਆ, ਫਿਰ ਗਰੀਬ ਵਿਚਾਰਾ ਇਹਦੇ ਵਿੱਚ ਹਿੱਸਾ ਨਹੀਂ ਪਾ ਸਕੂਗਾ। ਤਾਂ ਉਹਨੇ ਕਿਹਾ, ਮਹਾਰਾਜ ਮੈਨੂੰ ਫਿਰ ਸੇਵਾ ਦੱਸੋ, ਮੈਂ ਕੀ ਕਰ ਸਕਦਾ। ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਜਿਹੜੀ ਪੋਸਟ ਉੱਤੇ ਹੋ, ਯਾਨੀ ਕਿ ਤੁਸੀਂ ਬਾਦਸ਼ਾਹ ਹੋ, ਠੀਕ ਆ ਨਾ, ਪ੍ਰੈਜ਼ੀਡੈਂਟ ਹੋ ਇੱਥੋਂ ਦੇ, ਤੁਸੀਂ ਦੋ ਕੰਮ ਕਰੋ। ਜੇ ਤੁਸੀਂ ਚੰਗਾ ਕੰਮ ਕਰਨਾ ਚਾਹੁੰਦੇ ਹੋ, ਦੋ ਕੰਮ ਕਰੋ। ਇੱਕ ਤਾਂ ਸਤੀ ਪ੍ਰਥਾ ਦੇ ਵਿਰੁੱਧ ਕਾਨੂੰਨ ਬਣਾਓ। ਜਿਸ ਔਰਤ ਦਾ ਪਤੀ ਮਰ ਜਾਂਦਾ ਹੈ, ਉਸ ਔਰਤ ਨੂੰ ਉਸ ਚਿਖਾ ਦੇ ਵਿੱਚ ਸਾੜਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਹੋਵੇ, ਕਿਉਂਕਿ ਇਹ ਪ੍ਰਥਾ ਜਿਹੜੀ ਆ ਇਹ ਜ਼ਬਰਦਸਤੀ ਇੱਕ ਔਰਤ ਨੂੰ ਮਰਨ ਲਈ ਮਜਬੂਰ ਕਰਦੀ ਆ, ਠੀਕ ਆ। ਦੂਜਾ ਉਹਨਾਂ ਨੇ ਕਿਹਾ ਵੀ ਪੁਰਾਣੇ ਸਮੇਂ 'ਚ ਜਿਹੜੀ ਖੇਤੀ ਹੁੰਦੀ ਸੀ ਨਾ, ਉਹ ਮੀਂਹ ਪੈਂਦਾ ਸੀ, ਬਾਰਿਸ਼ ਹੁੰਦੀ ਸੀ, ਫਿਰ ਖੇਤੀ। ਅੱਜ ਵਾਂਗ ਟਿਊਬਵੈੱਲ ਨਹੀਂ ਸੀ ਹੁੰਦੇ, ਨਹਿਰਾਂ ਨਹੀਂ ਸੀ ਨਿਕਲੀਆਂ, ਇਸ ਤਰ੍ਹਾਂ ਦਾ ਕੋਈ ਪ੍ਰਬੰਧ ਪਾਣੀ ਦਾ ਨਹੀਂ ਸੀ ਖੇਤੀ ਪਾਲਣ ਲਈ। ਤਾਂ ਜਦੋਂ ਮੀਂਹ ਨਹੀਂ ਸੀ ਪੈਂਦਾ, ਉਦੋਂ ਖੇਤੀ ਨਹੀਂ ਸੀ ਹੁੰਦੀ। ਅਤੇ ਹੁਣ ਜਿਹੜੇ ਕਿਸਾਨ ਦੀ ਖੇਤੀ ਨਹੀਂ ਹੋਈ, ਉਹ ਟੈਕਸ ਕਿਵੇਂ ਪੇ ਕਰੂਗਾ, ਠੀਕ। ਉਹਨੂੰ ਇਨਕਮ ਨਹੀਂ ਹੋਈ ਤਾਂ ਉਹ ਟੈਕਸ ਕਿਵੇਂ ਦੇਊਗਾ। ਪਰ ਸਰਕਾਰ ਤਾਂ ਜ਼ਬਰਦਸਤੀ ਟੈਕਸ ਲੈ ਲੈਂਦੀ ਆ, ਭਾਵੇਂ ਖੇਤੀ ਹੋਵੇ ਜਾਂ ਨਾ ਹੋਵੇ। ਸੋ ਗੁਰੂ ਸਾਹਿਬ ਨੇ ਕਿਹਾ ਵੀ ਇਸ ਸਾਲ ਪੰਜਾਬ ਵਿੱਚ ਮੀਂਹ ਨਹੀਂ ਪਿਆ, ਤੁਸੀਂ ਗਰੀਬ ਕਿਸਾਨਾਂ ਦਾ ਟੈਕਸ ਮੁਆਫ ਕਰ ਦਿਓ। ਹਾਲਾਂਕਿ ਗੁਰੂ ਸਾਹਿਬ ਜੇ ਚਾਹੁੰਦੇ ਤਾਂ ਜਗੀਰ ਲੈ ਸਕਦੇ ਸੀ ਨਾ, ਪੈਸੇ ਲੈ ਸਕਦੇ ਸੀ, ਵਧੀਆ ਲੰਗਰ ਸਟੈਂਡਰਡ ਦਾ ਬਣਾ ਸਕਦੇ ਸੀ, ਪਰ ਉਹਨਾਂ ਨੇ ਆਪਣੇ ਬਾਰੇ ਨਹੀਂ ਸੋਚਿਆ, ਉਹਨਾਂ ਨੇ ਕਿੰਨ ਲੋਕਾਂ ਬਾਰੇ ਸੋਚਿਆ। ਉਹਨਾਂ ਨੂੰ ਤਕਲੀਫ ਮਹਿਸੂਸ ਹੋਈ ਵੀ ਇੱਕ ਔਰਤ ਨੂੰ ਜਿਉਂਦਿਆਂ ਸਾੜ ਦਿੱਤਾ ਜਾਂਦਾ, ਇਹ ਕਿੱਡੀ ਮਾੜੀ ਗੱਲ ਆ, ਠੀਕ ਆ ਨਾ, ਵੀ ਇਹ ਬੰਦ ਹੋਣਾ ਚਾਹੀਦਾ। ਉਹਨਾਂ ਨੂੰ ਆਮ ਲੋਕਾਂ ਦੀ ਪੀੜ ਮਹਿਸੂਸ ਹੋਈ ਵੀ ਜਿਸ ਬੰਦੇ ਦੀ ਖੇਤੀ ਨਹੀਂ ਹੋਈ, ਉਹਨੂੰ ਇਨਕਮ ਨਹੀਂ ਹੋਈ, ਉਹ ਵਿਚਾਰਾ ਜੇ ਟੈਕਸ ਦੇਊਗਾ ਤਾਂ ਉਹਦੇ ਬੱਚੇ ਕਿਵੇਂ ਪੜ੍ਹਨਗੇ, ਉਹਦਾ ਪਰਿਵਾਰ ਕਿਵੇਂ ਪੜ੍ਹੂਗਾ, ਉਹ ਕੀ ਖਾਊਗਾ। ਸੋ ਗੁਰੂ ਸਾਹਿਬ ਨੇ ਰਾਜੇ ਨੂੰ ਕਿਹਾ ਵੀ ਤੁਸੀਂ ਜੇ ਚੰਗਾ ਕੰਮ ਧਰਮ ਕਮਾਉਣਾ ਨਾ, ਤਾਂ ਤੁਹਾਡਾ ਧਰਮ ਕੀ ਹੈ ਵੀ ਤੁਸੀਂ ਆਪਣੀ ਜੋਬ ਇਮਾਨਦਾਰੀ ਨਾਲ ਕਰੋ। ਰਾਜੇ ਨੂੰ ਵੀ ਇਹ ਕਿਹਾ। ਆਮ ਤੌਰ 'ਤੇ ਲੋਕ ਧਾਰ ਆਮ ਬੰਦਿਆਂ ਨੂੰ ਕਹਿੰਦੇ ਨੇ ਭਾਈ ਇਮਾਨਦਾਰ ਬਣ, ਚੰਗਾ ਬਣ, ਹੈ ਨਾ, ਪਰ ਏਡੇ ਵੱਡੇ ਬੰਦੇ ਨੂੰ ਕਹਿਣਾ, ਇੱਕ ਪ੍ਰੈਜ਼ੀਡੈਂਟ ਨੂੰ ਕਹਿਣਾ ਵੀ ਤੁਸੀਂ ਆਹ ਕੰਮ ਕਰੋ, ਇਹ ਕੰਮ ਕਰੋਗੇ ਤਾਂ ਸਮਝੋ ਵੀ ਸਾਡੀ ਸੇਵਾ ਹੋਊਗੀ, ਸਮਝੋ ਤੁਸੀਂ ਇੱਥੇ ਸੇਵਾ ਕਰ ਲਈ। ਸੋ ਇਹ ਜੀਵਨ ਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ। ਤਾਂ ਉਹਨਾਂ ਨੇ ਆਪਣੀ ਜਗ੍ਹਾ ਦੇ ਉੱਤੇ ਕਿਹਨੂੰ ਸਿਲੈਕਟ ਕੀਤਾ, ਹਾਂਜੀ, ਗੁਰੂ ਰਾਮਦਾਸ ਸਾਹਿਬ ਜੀ। ਗੁਰੂ ਰਾਮਦਾਸ ਸਾਹਿਬ ਜੀ ਦਾ ਪਹਿਲਾ ਨਾਂ ਕੀ ਸੀ? ਭਾਈ ਜੇਠਾ ਜੀ। ਭਾਈ ਜੇਠਾ ਜੀ ਦੇ ਮਾਤਾ ਪਿਤਾ ਉਹਨਾਂ ਦੀ ਛੋਟੀ ਉਮਰ ਵਿੱਚ ਹੀ ਚਲਾਣਾ ਕਰ ਗਏ ਸਨ, ਉਹਨਾਂ ਦੀ ਡੈਥ ਹੋ ਗਈ ਸੀ। ਤੂੰ ਇਹਨਾਂ ਨੂੰ ਇਹਨਾਂ ਦੇ ਨਾਨੀ ਜੀ ਨੇ ਪਾਲਿਆ, ਬੜੇ ਛੋਟੇ ਜਿਹੇ ਸਨ, ਘਰੇ ਨਾਨੀ ਵੀ ਇਕੱਲੀ ਸੀ, ਫਿਰ ਉਹਨਾਂ ਨੂੰ ਰੋਟੀ ਖਾਣ ਲਈ ਕੁਝ ਨਾ ਕੁਝ ਕੰਮ ਤਾਂ ਕਰਨਾ ਪੈਂਦਾ ਨਾ। ਤੁਸੀਂ ਵੇਖੋ ਛੋਟੇ ਛੋਟੇ ਬੱਚੇ ਕਈ ਵਾਰ ਇੱਥੇ ਕੰਮ ਕਰਦੇ ਨੇ, ਜਦੋਂ ਉਹਨਾਂ ਨੂੰ ਪੁੱਛੀਦਾ ਵੀ ਉਹ ਬੱਚੇ ਨੂੰ ਵੀ ਤੂੰ ਸਕੂਲ ਕਿਉਂ ਨਹੀਂ ਜਾਂਦਾ, ਉਹ ਕਹਿੰਦਾ ਮੇਰੇ ਘਰੇ ਗਰੀਬੀ ਬੜੀ ਆ, ਜੇ ਮੈਂ ਕੰਮ ਨਾ ਕੀਤਾ ਅਸੀਂ ਰੋਟੀ ਕਿਵੇਂ ਖਾਵਾਂਗੇ, ਠੀਕ ਆ ਨਾ। ਜਦੋਂ ਤੁਸੀਂ ਉਹਨਾਂ ਬੱਚਿਆਂ ਵੱਲ ਵੇਹਨੇ ਹੋ, ਕਦੇ ਜਦੋਂ ਉਹਨਾਂ ਬੱਚਿਆਂ ਵੱਲ ਵੇਹਨੇ ਹੋ ਵੀ ਵਿਚਾਰੇ ਸਾਰਾ ਦਿਨ ਕੰਮ ਕਰਦੇ ਨੇ, ਠੀਕ ਆ, ਝਿੜਕਾਂ ਸਹਿੰਦੇ ਨੇ, ਗਾਲਾਂ ਖਾਂਦੇ ਨੇ, ਫਿਰ ਕਿਤੇ ਜਾ ਕੇ ਉਹਨਾਂ ਨੂੰ ਥੋੜ੍ਹੇ ਜਿਹੇ ਪੈਸੇ ਮਿਲਦੇ ਆ ਅਤੇ ਉਹ ਵਿਚਾਰੇ ਆਪਣੇ ਘਰ ਦਾ ਗੁਜ਼ਾਰਾ ਕਰਦੇ, ਯਾਨੀ ਕਿ ਇਸ ਪ੍ਰੋਬਲਮ 'ਚ ਨੇ ਉਹ। ਫਿਰ ਤੁਹਾਡੇ ਮਨ ਅੰਦਰ ਨਹੀਂ ਇਹ ਖਿਆਲ ਆਉਂਦਾ ਵੀ ਅਸੀਂ ਕਿੰਨੀ ਚੰਗੀ ਜ਼ਿੰਦਗੀ ਜੀ ਰਹੇ ਹਾਂ, ਠੀਕ ਆ ਨਾ। ਹੁਣ ਵੇਖੋ ਮਹਿੰਗਾ ਫੋਨ ਨਾ ਲੈ ਕੇ ਦੇਵੇ ਘਰ 'ਚ ਕੋਈ, ਸਾਡੇ ਫਾਦਰ ਸਾਹਿਬ ਸਾਨੂੰ ਮਹਿੰਗਾ ਫੋਨ ਨਾ ਲੈ ਕੇ ਦੇਣ, ਆਪਾਂ ਕੀ ਕਰਦੇ ਹਾਂ, ਤੁਸੀਂ ਸਾਨੂੰ ਕੀ ਦਿੰਦੇ ਹੋ, ਸਾਨੂੰ ਦੇਣ ਲਈ ਤੁਹਾਡੇ ਕੋਲ ਕੱਖ ਨਹੀਂ ਹੈਗਾ, ਠੀਕ ਆ ਨਾ। ਆਪਾਂ ਕਿੰਨੀ ਟੈਨਸ਼ਨ ਲੈਂਦੇ ਹਾਂ, ਗੁੱਸੇ ਹੋ ਜਾਂਦੇ ਹਾਂ, ਕਦੇ ਉਹਨਾਂ ਬੱਚਿਆਂ ਵੱਲ ਵੇਖ ਲਿਓ ਤੁਸੀਂ, ਫੋਨ ਤਾਂ ਕੀ ਉਹਨਾਂ ਵਿਚਾਰਿਆਂ ਕੋਲ ਪਹਿਨਣ ਲਈ ਚੰਗੇ ਕੱਪੜੇ ਵੀ ਨਹੀਂ ਹੁੰਦੇ, ਪੈਰਾਂ 'ਚ ਪਾਉਣ ਵਾਸਤੇ ਚੱਪਲ ਵੀ ਨਹੀਂ ਹੁੰਦੀ, ਇਸ ਤਰ੍ਹਾਂ ਨਾ। ਜਦੋਂ ਤੁਸੀਂ ਉਹਨਾਂ ਵੱਲ ਕਦੇ ਵੇਖੋ ਤਾਂ ਇਹ ਮਹਿਸੂਸ ਕਰਿਆ ਕਰੋ ਕਿ ਅਸੀਂ ਕਿੰਨੀ ਵਧੀਆ ਜ਼ਿੰਦਗੀ ਜੀ ਰਹੇ ਹਾਂ, ਉਹਨਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ, ਠੀਕ ਆ ਨਾ। ਘੱਟੋ ਘੱਟ ਇਹ ਨੌਬਤ ਨਹੀਂ ਨਾ ਸਾਡੇ ਉੱਤੇ ਅਜੇ ਆਈ, ਇਹਦਾ ਮਤਲਬ ਆ ਵੀ ਅਸੀਂ ਫਾਲਤੂ ਦੇ
ਵਾਧੂ ਦੇ ਆਪਣੇ ਮਨ ਅੰਦਰ ਗੁੱਸੇ ਗਿਲੇ ਪਾਲ ਕੇ ਰੱਖਦੇ ਹਾਂ। ਚੰਗੀ ਜ਼ਿੰਦਗੀ ਜਿਉਂਦਿਆਂ, ਚੰਗਾ ਖਾਂਦਿਆਂ, ਚੰਗਾ ਪਹਿਨਦਿਆਂ, ਚੰਗੇ ਘਰ 'ਚ ਰਹਿੰਦਿਆਂ, ਪੜ੍ਹਦਿਆਂ, ਹੈ ਨਾ, ਸਾਰੀਆਂ ਲੋੜਾਂ ਸਾਡੀਆਂ ਪੂਰੀਆਂ ਹੋ ਰਹੀਆਂ ਨੇ, ਫਿਰ ਵੀ ਆਪਾਂ ਦੁਖੀ ਰਹਿੰਦੇ ਹਾਂ ਕਿ ਸਾਨੂੰ ਤਾਂ ਮਿਲਿਆ ਹੀ ਕੁਝ ਨਹੀਂ, ਸਾਡੇ ਪੇਰੈਂਟਸ ਸਾਨੂੰ ਕੱਖ ਨਹੀਂ ਦਿੰਦੇ, ਉਹ ਸਾਡੀ ਗੱਲ ਨਹੀਂ ਸੁਣਦੇ, ਅਸੀਂ ਆਹ ਚੀਜ਼ ਮੰਗੀ ਉਹਨਾਂ ਲਿਆ ਕੇ ਨਹੀਂ ਦਿੱਤੀ, ਇਸ ਤਰ੍ਹਾਂ ਹੀ ਹੁੰਦਾ ਨਾ। ਇਹਦਾ ਮਤਲਬ ਵੀ ਅਸੀਂ ਗੱਲ ਨੂੰ, ਉਹਨਾਂ ਦੀ ਗੱਲ ਨੂੰ ਸਮਝ ਨਹੀਂ ਰਹੇ, ਇਸ ਤਰ੍ਹਾਂ ਹੀ ਹੈ ਨਾ, ਵੀ ਇਹਦਾ ਮਤਲਬ ਸਾਡੇ ਸੋਚਣ ਵਿੱਚ ਪ੍ਰੋਬਲਮ ਆ, ਸਾਡੀ ਨੈਗੇਟਿਵ ਥਿੰਕਿੰਗ ਕਰਕੇ ਅਸੀਂ ਦੁਖੀ ਹੁੰਦੇ ਹਾਂ। ਨਹੀਂ ਤਾਂ ਕਿੰਨੇ ਐਸੇ ਲੋਕ ਆ ਜਿਹਨਾਂ ਨੂੰ ਵਿਚਾਰਿਆਂ ਨੂੰ 3 ਟਾਈਮ ਚੰਗੀ ਰੋਟੀ ਵੀ ਨਹੀਂ ਮਿਲਦੀ, ਉਹ 1 ਟਾਈਮ ਜਾਂ 2 ਟਾਈਮ ਮਾੜੀ ਮੋਟੀ ਜੂਠਾ ਖਾ ਕੇ ਗੁਜ਼ਾਰਾ ਕਰਦੇ ਆ। ਸਾਡੇ ਘਰਾਂ 'ਚ ਹੀ ਨੌਕਰ ਆਉਂਦੇ, ਤੁਸੀਂ ਕਦੇ ਉਹਨਾਂ ਦੀ ਲਾਈਫ ਵੇਖੀ ਕਿਸ ਤਰ੍ਹਾਂ ਦੀ ਆ? ਇਹ ਚੀਜ਼ਾਂ ਨੂੰ ਜਦੋਂ ਅਸੀਂ ਵਾਚ ਕਰਾਂਗੇ ਤਾਂ ਸਾਨੂੰ ਆਪਣੀ ਲਾਈਫ ਵਾਸਤੇ ਬਹੁਤ ਕੁਝ ਅਸੀਂ ਸੈਟਿਸਫਾਈ ਹੋਵਾਂਗੇ ਵੀ ਜੋ ਸਾਡੇ ਕੋਲ ਆ ਅਸੀਂ ਉਹਦੇ 'ਚ ਸੈਟਿਸਫਾਈ ਹਾਂ, ਇਸ ਤਰ੍ਹਾਂ ਹੀ ਹੈ ਨਾ। ਫਿਰ ਸਾਨੂੰ ਆਪਣੇ ਆਪ ਵਿੱਚ ਖੁਸ਼ ਰਹਿਣ ਦੀ ਜਾਂਚ ਆ ਜਾਊਗੀ, ਫਿਰ ਸਾਨੂੰ ਅਕਾਲ ਪੁਰਖ ਦਾ ਸ਼ੁਕਰ ਧੰਨਵਾਦ ਕਰਨ ਦੀ ਜਾਂਚ ਆ ਜਾਊਗੀ, ਕਿਉਂਕਿ ਅਸੀਂ ਆਪਣੇ ਤੋਂ ਚੰਗਾ ਜੀ ਰਹੇ ਲੋਕਾਂ ਵੱਲ ਵੇਖਦੇ ਹਾਂ, ਆਪਣੇ ਤੋਂ ਪਛੜੇ ਲੋਕਾਂ ਵੱਲ ਕਦੇ ਨਹੀਂ ਦੇਖਦੇ ਅਸੀਂ। ਸਾਡੀ ਪ੍ਰੋਬਲਮ ਇਹੀ ਆ। ਹੁਣ ਜਿਵੇਂ ਲੀਡਰ ਲੋਕ ਆਉਂਦੇ ਨਾ, ਲੀਡਰ ਉਹ ਕਿਹਨੂੰ ਵੇਖਦੇ? ਚੰਗੀ ਜੀ ਸਾਫ਼ ਜੀ ਕਲੋਨੀ ਵੇਖ ਕੇ ਝਾੜੂ ਮਾਰ ਕੇ ਕਹਿੰਦੇ ਜੀ ਸਵੱਛ ਭਾਰਤ ਹੋ ਗਿਆ, ਉਹ ਗਰੀਬਾਂ ਦੀ ਝੌਂਪੜੀ 'ਚ ਤਾਂ ਜਾਂਦੇ ਹੀ ਨਹੀਂ, ਠੀਕ ਆ ਨਾ। ਸਵੱਛ ਭਾਰਤ ਤਾਂ ਉੱਥੇ ਹੋਣਾ, ਉੱਥੇ ਥੋੜ੍ਹਾ ਹੋਣਾ, ਸਮਝੇ ਕਿ ਨਹੀਂ? ਯਾਨੀ ਕਿ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਜਾਂ ਲੋਕਾਂ ਨੂੰ ਧੋਖਾ ਦੇ ਰਿਹਾ, ਆਪਾਂ ਵੀ ਆਪਣੇ ਤੋਂ ਚੰਗਾ ਜੀਣ ਵਾਲੇ ਲੋਕਾਂ ਵੱਲ ਵੇਖ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਰਹਿੰਦੇ ਹਾਂ ਵੀ ਅਸੀਂ ਪਿੱਛੇ, ਪਰ ਸਾਡੇ ਤੋਂ ਪਿੱਛੇ ਕਿੰਨੇ ਖੜੇ ਅਸੀਂ ਕਦੇ ਵੀ ਨਹੀਂ ਵੇਖਦੇ। ਸੋ ਭਾਈ ਜੇਠਾ ਜੀ ਨੇ ਛੋਟੀ ਉਮਰ ਵਿੱਚ ਕਿਹੜੀ ਕਿਰਤ ਕੀਤੀ? ਘੁੰਗਣੀਆਂ ਵੇਚਣ ਦੀ, ਗਲੀਆਂ 'ਚ ਇਸ ਤਰ੍ਹਾਂ ਜਾ ਕੇ ਨਿੱਕੀ ਜਿਹੀ ਟੋਕਰੀ 'ਚ ਦਾਣੇ ਪਾ ਕੇ ਉਹ ਕਾਹ ਦੇਣਾ, ਵੇਚਣਾ, ਫਿਰ ਕਿਸੇ ਨੇ ਘੁੰਗਣੀਆਂ ਲੈ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਆਟਾ ਪਾ ਦੇਣਾ, ਹੈ ਨਾ, ਇਹੋ ਜਿਹੀਆਂ ਚੀਜ਼ਾਂ, ਫਿਰ ਘਰ ਆਉਣਾ, ਫਿਰ ਨਾਨੀ ਨੇ ਪ੍ਰਸ਼ਾਦਾ ਤਿਆਰ ਕਰ, ਇਹ ਯਾਨੀ ਕਿ ਲਾਈਫ ਆ, ਇਹ ਉਹਨਾਂ ਦੀ ਬਚਪਨ ਦੀ ਲਾਈਫ ਆ। ਕਿਰਤ ਕੀਤੀ, ਡਟੇ ਰਹੇ, ਉਹ ਇੰਨੀ ਤਕਲੀਫ ਵਿੱਚ ਵੀ ਉਹਨਾਂ ਨੇ ਆਪਣੀ ਕਿਰਤ ਕਰਕੇ ਸਵੈ ਮਾਣ ਨਾਲ ਜੀਣਾ ਸ਼ੁਰੂ ਕੀਤਾ। ਫਿਰ ਜਿਸ ਵੇਲੇ ਉਹ ਗੋਇੰਦਵਾਲ ਆ ਗਏ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਪਰਵਰਿਸ਼, ਉਹਨਾਂ ਦੀ ਪਾਲਣਾ, ਵੀ ਬੜਾ ਹੋਣਹਾਰ ਬੱਚਾ, ਉਹਦੀ ਪਾਲਣਾ ਕਰਨੀ, ਉਹਨਾਂ ਨੂੰ ਸਭ ਕੁਝ ਪੜ੍ਹਾਇਆ, ਸਿਖਾਇਆ, ਦੱਸਿਆ, ਉਹਨਾਂ 'ਚ ਕੁਆਲਿਟੀ ਸੀ, ਉਹ ਜੋ ਗੁਰੂ ਸਾਹਿਬ ਉਹਨਾਂ ਨੂੰ ਸਿਖਾਉਂਦੇ ਗਏ ਉਹ ਸਿੱਖਦੇ ਗਏ, ਠੀਕ ਹੈ ਜੀ। ਫਿਰ ਉਹਨਾਂ ਨੂੰ ਵੱਡੀਆਂ ਸੇਵਾਵਾਂ, ਜ਼ਿੰਮੇਵਾਰੀਆਂ ਦਿੱਤੀਆਂ, ਉਹਨਾਂ ਨੇ ਉਹ ਵੀ ਬੜੇ ਸੋਹਣੇ ਢੰਗ ਨਾਲ ਨਿਭਾਈਆਂ, ਫਿਰ ਉਸ ਤੋਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ, ਯਾਨੀ ਕਿ ਉਹਨਾਂ ਦੇ ਵਿੱਚ ਉਹਨਾਂ 'ਚ ਇੰਨਾ ਸਵੈਮਾਣ ਸੀ, ਇੰਨੀ ਯੋਗਤਾ ਸੀ ਉਹਨਾਂ ਦੇ ਜੀਵਨ 'ਚ ਵੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ 'ਚ ਇੰਨੀਆਂ ਕੁਆਲਿਟੀਆਂ ਵੇਖੀਆਂ ਅਤੇ ਉਹ ਆਪਣੀ ਕੁਆਲਿਟੀ ਮੁਤਾਬਕ ਅੱਗੇ ਤੋਂ ਅੱਗੇ ਆਪਣੇ ਆਪ ਨੂੰ ਡਿਵੈਲਪ ਕਰਦੇ ਗਏ। ਉਹ ਇੰਨੇ ਚੰਗੇ ਆਗੂ ਬਣ ਗਏ, ਸੇਵਾਦਾਰ, ਵਿਦਵਾਨ, ਬੜੇ ਸਿਆਣੇ ਦਾਨੀ, ਦਾਨੇ ਪੁਰਖ ਬਣ ਗਏ। ਵੀ ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਧੀ, ਗੁਰੂ ਅਮਰਦਾਸ ਸਾਹਿਬ ਜੀ ਦੇ ਕਿੰਨੇ ਬੱਚੇ ਸਨ? ਹਾਂਜੀ, 4 ਬੱਚੇ ਸਨ, 2 ਬੇਟੇ 2 ਬੇਟੀਆਂ। ਉਹਨਾਂ ਨੇ ਆਪਣੀ ਇੱਕ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਜਿਹੜਾ ਸੀ ਉਹ ਭਾਈ ਜੇਠਾ ਜੀ ਨਾਲ ਕੀਤਾ, ਠੀਕ ਹੈ ਜੀ, ਬੀਬੀ ਭਾਨੀ ਜੀ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਜੀ, ਠੀਕ ਆ। ਹੁਣ ਬੀਬੀ ਭਾਨੀ ਜੀ ਅਤੇ ਭਾਈ ਜੇਠਾ ਜੀ ਦਾ ਆਨੰਦ ਕਾਰਜ ਉਹਨਾਂ ਕੀਤਾ, ਅਤੇ ਫਿਰ ਜਦੋਂ ਸਮਾਂ ਆਇਆ ਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਜਗ੍ਹਾ 'ਤੇ ਆਪਣਾ ਉੱਤਰਾਧਿਕਾਰੀ ਚੁਣਨਾ ਸੀ, ਅਤੇ ਉਦੋਂ ਕਿਹਨੂੰ ਚੁਣਿਆ? ਭਾਈ ਜੇਠਾ ਜੀ ਨੂੰ, ਭਾਈ, ਅਤੇ ਉਹਨਾਂ ਨੂੰ ਕੀ ਨਾਮ ਦਿੱਤਾ? ਗੁਰੂ ਰਾਮਦਾਸ ਸਾਹਿਬ ਜੀ। ਅੱਜ ਆਪਾਂ ਚੌਥੇ ਪਾਤਸ਼ਾਹ ਵਜੋਂ ਕਿਹਨਾਂ ਨੂੰ ਯਾਦ ਕਰਦੇ ਹਾਂ? ਗੁਰੂ ਰਾਮਦਾਸ ਸਾਹਿਬ ਜੀ। ਆਪਣਾ ਟਾਈਮ ਸਮਾਪਤ, ਆਪਾਂ ਅਗਲੀ ਕਲਾਸ 'ਚ ਇਹਦੋਂ ਅੱਗੇ ਸ਼ੁਰੂ ਕਰਾਂਗੇ। ਇੱਥੇ ਮੈਂ ਜ਼ਰੂਰੀ ਪੁਆਇੰਟ ਤੁਹਾਡੇ ਨਾਲ ਸਾਂਝਾ ਕਰ ਲਵਾਂ, ਕਿਵੇਂ ਇੱਕ ਬੱਚਾ ਜਿਹਦੇ ਮਾਂ ਬਾਪ ਨਹੀਂ, ਉਹ ਗਲੀਆਂ 'ਚ ਘੁੰਗਣੀਆਂ ਵੇਚ ਰਿਹਾ, ਠੀਕ ਆ, ਆਪਣੀ ਮਿਹਨਤ, ਆਪਣੇ ਸਵੈ ਮਾਣ ਨਾਲ, ਅਤੇ ਗੁਰੂ ਸਾਹਿਬ ਜੀ ਦੀ ਸੰਗਤ ਮਿਲਣ 'ਤੇ
ਉਹ ਆਪਣੇ ਆਪ ਨੂੰ ਕਿੰਨਾ ਉੱਚਾ ਚੁੱਕ ਲੈਂਦਾ, ਠੀਕ ਆ, ਉਹਦੀ ਪਰਸਨੈਲਿਟੀ ਕਿੰਨੀ ਡਿਵੈਲਪ ਹੋ ਜਾਂਦੀ ਆ, ਵੀ ਉਹ ਕੇਵਲ ਦੁਨੀਆ ਕਰਕੇ ਹੀ ਨਹੀਂ, ਧਰਮ ਦੀ ਦੁਨੀਆ, ਗੁਰਮਤ ਦੀ ਦੁਨੀਆ ਵਿੱਚ ਵੀ ਉਹਨਾਂ ਵਰਗਾ ਕੋਈ ਨਹੀਂ। ਇੰਨੀ ਉੱਚੀ ਪਦਵੀ 'ਤੇ, ਸੁਰਤ ਇੰਨੀ ਉੱਚੀ ਹੋ ਜਾਂਦੀ ਆ, ਅਵਸਥਾ ਇੰਨੀ ਉੱਚੀ ਬਣ ਜਾਂਦੀ ਆ ਵੀ ਗੁਰੂ ਰਾਮਦਾਸ ਸਾਹਿਬ ਉਹਨਾਂ ਦਾ ਨਾਮ ਰੱਖ ਕੇ ਤੀਸਰੇ ਪਾਤਸ਼ਾਹ ਉਹਨਾਂ ਨੂੰ ਆਪਣੀ ਜਗ੍ਹਾ 'ਤੇ ਚੁਣਦੇ ਹਨ। ਠੀਕ ਹੈ ਜੀ, ਸਮਝ ਆ ਗਿਆ ਜੋ ਮੈਂ ਦੱਸਿਆ ਸੀ ਤੁਹਾਡਾ? ਆਪਾਂ ਜੋ ਜਿੰਨਾ ਕੁਝ ਇੱਥੇ ਵਿਚਾਰ ਹੈ ਇਹਦੇ ਨਾਲ ਕੋਈ ਵੀ ਰਿਲੇਟਡ ਕੁਐਸਚਨ ਹੋਵੇ, ਕੋਈ ਸਵਾਲ ਤੁਹਾਡੇ ਮਨ 'ਚ, ਤੁਸੀਂ ਨੋਟ ਕਰ ਲਿਓ, ਆਪਾਂ ਵਿਹਲੇ ਟਾਈਮ ਅਗਲੀ ਕਲਾਸ 'ਚ ਦਾ ਉਹਦੇ ਨਾਲ ਉਹਦੀ ਗੱਲ ਕਰ ਲਵਾਂਗੇ। ਬਹੁਤ ਬਹੁਤ ਧੰਨਵਾਦ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।